ਚਲੋ ਠੀਕ ਹੈ ਸਰਪੰਚ ਸਾਹਿਬ, ਅਸੀਂ ਹੁਣ ਚੱਲਦੇ ਹਾਂ। ਇਹ ਤਾਂ ਅਸੀਂ ਤੁਹਾਡਾ ਮਾਣ ਰੱਖਤਾ ਘਰ ਆ ਕੇ, ਸਾਡੇ ਕੋਲ ਟਾਈਮ ਥੋੜ੍ਹਾ ਹੀ ਸੀ। ਉਹ ਚਲੋ ਜੀ, ਤੁਹਾਡੇ ਕੋਲ ਤਾਂ ਟਾਈਮ ਉਹ ਵੀ ਥੋੜ੍ਹਾ ਹੀ ਹੁੰਦਾ। ਚਲੋ ਇੰਨੇ ਬਹੁਤਾ, ਤੁਸੀਂ ਮੇਰੇ ਘਰੇ ਆ ਕੇ, ਤੁਹਾਡਾ ਧੰਨਵਾਦ ਜੀ। ਠੀਕ ਹੈ ਜੀ, ਠੀਕ ਹੈ, ਹਾਂ ਚਲੋ ਚੱਲਦੇ ਹਾਂ ਜੀ ਫਿਰ ਅਸੀਂ ਵੀ। ਚਲੋ ਪ੍ਰੋਜੈਕਟ ਦੇ ਵਾਸਤੇ ਇੰਜੀਨੀਅਰ ਆਏ ਹੋਏ। ਹਾਂ ਉਹ ਤੁਸੀਂ ਆਪਣੀਆਂ ਤਿਆਰੀਆਂ ਕਰੋ ਜੀ, ਕੁਛ ਮਰਜ਼ੀ ਲਾਓ, ਅਸੀਂ ਦੇਖ ਜਿਹੜਾ ਮੈਂ ਕੰਮ ਕਰਨਾ ਜੀ ਤੁਹਾਡੇ ਵਾਸਤੇ ਕਰਤਾ, ਹੁਣ ਤੁਹਾਡੀ ਜ਼ਿੰਮੇਵਾਰੀ ਰਹਿ ਗਈ। ਪ੍ਰੋਜੈਕਟ ਜਿਹੜਾ ਕੁਛ ਲਾਉਣਾ ਲਾਓ, ਲਸਣ ਲਾਓ, ਗੰਡਾ ਲਾਓ, ਮੈਨੂੰ ਕੀ ਜੀ ਕੁਛ ਮਰਜ਼ੀ ਕਰੋ, ਪੈਟਰੀਆਂ ਲਾਓ, ਕੁਛ ਲਾਓ, ਆਪਣੇ ਮੈਨੂੰ ਕੰਮ ਖਤਮ ਆ ਜੀ। ਠੀਕ ਹੈ ਜੀ, ਠੀਕ ਠੀਕ ਹੈ, ਠੀਕ ਹੈ, ਧੰਨਵਾਦ ਤੁਹਾਡਾ। ਠੀਕ ਹੈ ਜੀ, ਠੀਕ ਹੈ ਜੀ, ਠੀਕ ਹੈ ਜੀ। ਇਹ ਗੱਲਾਂ ਸਕੀਮਾਂ ਹੋਰ ਹੀ ਲਾਈ ਜਾਂਦੇ ਚਾਰਨਿਆ, ਮੈਨੂੰ ਤਾਂ ਡਰ ਲੱਗ ਜਾਂਦਾ ਜਿੰਨੇ ਤੱਕ ਸੀਟ ਨਹੀਂ ਮਿਲਦੀ। ਕਿਹੜਾ ਲਸਣ ਗੰਢਾ ਕਿਤੇ ਹੋਰ ਹੀ ਨਾ ਮੇਰੇ ਤੋਂ ਕੋਈ ਸਕੀਮ ਲਾ ਜਾਣ, ਜੇ ਕੋਈ ਉੱਨੀ ਇੱਕੀ ਹੋ ਗਈ ਨਾ ਮੈਂ ਨਾ ਛੱਡੂ ਤੈਨੂੰ ਚੰਦੀਆਂ ਇੱਦਾਂ, ਭਾਵੇਂ ਕੁਛ ਵੀ ਹੋ ਜੇ, ਜਿਹੜੀ ਮੇਰੀ ਨਰਵਾਈ ਆ ਨਾ ਇਹ ਤਾਂ ਕਿੱਧਰੇ ਕਿੱਧਰੇ ਜਾਊਗੀ, ਫਿਰ ਸਾਰਾ ਕੁਛ ਭੁੱਲ ਜੂੰਗਾ, ਸਰਪੰਚੀ ਵੀ ਭੁੱਲ ਜੂੰਗਾ, ਪਰ ਚੰਦੀਆਂ ਤੈਨੂੰ ਜਾਉਂਦਾ ਨਹੀਂ ਛੱਡੂੰਗਾ, ਦੇਖੀ ਜੋ। ਉਹ ਗੱਲ ਸੁਣ, ਮੈਂ ਮੈਡਮ ਕੋਲ ਜਾ ਕੇ ਆਉਣਾ, ਤੇ ਤੂੰ ਧਿਆਨ ਰੱਖੀ ਜਾ। ਮੈਂ ਤਾਂ ਘਰ ਦਾ ਧਿਆਨ ਰੱਖਾਂਗੀ, ਪਰ ਮੇਰੀ ਇੱਕ ਗੱਲ ਸੁਣ ਲਓ ਤੁਸੀਂ, ਮੈਡਮ ਕੋਲ ਜਾਣ ਦਾ ਕੋਈ ਫਾਇਦਾ ਨਹੀਂ ਹੈਗਾ, ਸਰਪੰਚ ਨੇ ਰੀਤ ਦੀ ਜ਼ਮੀਨ ਦਵਾਈ ਹੈ, ਐਮਐਲਏ ਦੀ ਟਿਕਟ ਉਹਨੂੰ ਹੀ ਮਿਲਣੀ ਹੈ, ਤੁਸੀਂ ਤਾਂ ਭੁਲੇਖਾ ਆ ਤੁਹਾਡਾ। ਉਹ ਪਾਗਲੇ, ਮੈਂ ਪਤਾ ਕਿੰਨਾ ਪੰਦਾ ਪੁਰਾਣਾ ਮੈਂ, ਉਹ ਟਿਕਟ ਤਾਂ ਮੈਨੂੰ ਹੀ ਮਿਲਣੀ ਹੈ, ਉਹ ਤਾਂ ਪਤਾ ਮੰਤਰੀ ਕਿਹੜੇ ਹੁੰਦੇ ਆ, ਐਂ ਕਰਦੇ ਹੁੰਦੇ ਆ ਵੀ ਟਿਕਟ ਤੈਨੂੰ ਦੇ ਦਾਂ ਤੈਨੂੰ ਦੇ ਦਾਂ, ਪਤਾ ਕਿੰਨੇ ਲਾਈਨ 'ਚ ਲੱਗੇ ਹੋਏ ਆ। ਲਾਈਨ 'ਚ ਤਾਂ ਲੱਗੇ ਆ, ਫਿਰ ਤੁਹਾਨੂੰ ਇੰਨਾ ਨਹੀਂ ਪਤਾ ਹੈਗਾ, ਉਹਨੇ ਮੈਡਮ ਨੇ ਵਾਅਦਾ ਕਰਿਆ, ਉਹ ਤਾਂ ਕਹਿੰਦੀ ਵੀ ਜਿਹੜੀ ਐਮਐਲਏ ਦੀ ਟਿਕਟ ਹੈ ਮੈਂ ਤੁਹਾਨੂੰ ਹੀ ਦੇਵਾਂਗੀ। ਉਹ ਮੈਡਮ ਤਾਂ ਰੋਜ਼ ਪਤਾ ਨਹੀਂ 3600 ਵਾਅਦਾ ਕਰਦੇ ਆ, ਇੱਕ ਵਾਅਦਾ ਪੂਰਾ ਕੀਤਾ ਕਦੇ ਉਹਨਾਂ ਨੇ? ਤੁਸੀਂ ਕਦੇ ਗੱਲ ਵੀ ਮੰਨ ਲਿਆ ਕਰੋ ਮੇਰੀ। ਉਹ ਮੈਨੂੰ ਯਕੀਨ ਆ ਟਿਕਟ ਮੈਨੂੰ ਮਿਲਣੀ ਹੈ, ਉਹ ਜ਼ਮੀਨ ਦਵਾਤੀ ਭੁਆ ਨਹੀਂ ਦਵਾਈ। ਤੁਹਾਨੂੰ ਵੀ ਪਤਾ ਨਾ ਜੋ ਮੈਂ ਕਹਿੰਦੀ ਹਾਂ ਹਮੇਸ਼ਾ ਸਹੀ ਹੁੰਦਾ, ਫੇਰ ਵੀ ਕੋਈ ਗੱਲ ਨਹੀਂ, ਮੈਂ ਜਾਣਾ, ਮੈਂ ਠੋਕ ਕੇ ਕਹੂੰਗਾ ਮੈਡਮ ਵੀ ਟਿਕਟ ਤਾਂ ਮੈਨੂੰ ਮਿਲਣੀ ਚਾਹੀਦੀ ਆ, ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਹੈ ਮੇਰੇ ਬਾਰੇ। ਚਲੋ ਕੋਈ ਨਾ, ਤੁਸੀਂ ਆਪੇ ਗੱਲ ਕਰ ਲਿਓ, ਮੈਂ ਤਾਂ ਜੀ ਰੱਬ ਕੋਲ ਇਹੀ ਦੁਆ ਕਰਦੀ ਹਾਂ ਵੀ ਐਮਐਲਏ ਦੀ ਟਿਕਟ ਤੁਹਾਨੂੰ ਹੀ ਮਿਲੇ, ਹੋਰ ਕਿਸੇ ਨੂੰ ਨਾ ਮਿਲੇ। ਉਹ ਤੇਰੀ ਦੁਆ ਤਾਂ ਨਾ ਛੇਤੀ ਮਨਜ਼ੂਰ ਹੁੰਦੀ ਹੈ, ਮੈਨੂੰ ਪਤਾ। ਚਲੋ ਇਹ ਤਾਂ ਤੁਸੀਂ ਮੰਨ ਹੀ ਲਿਆ, ਹੁਣ ਤੁਸੀਂ ਛੇਤੀ ਆ ਜਾਓ, ਕਿਸੇ ਕੋਲ ਬਹੁਤਾ ਖੜੇ ਹੋ ਨਾ, ਨਾ ਗੱਲਾਂ ਕਰਿਓ। ਚਲ ਠੀਕ ਆ, ਮੈਂ ਛੇਤੀ ਮੁੜ ਆਉਂਗਾ। ਠੀਕ ਆ, ਨਾਲੇ ਕੰਮ ਪੱਕਾ ਕਰਕੇ ਆਇਓ। ਚੰਗਾ ਚੰਗਾ, ਉਹ ਇੰਨੀ ਮਿਹਨਤ ਵੀ ਕਰਦੇ ਹੋ ਤੇ ਪੱਲੇ ਕੁਛ ਤੁਹਾਡੇ ਪੈਂਦਾ ਨਹੀਂ ਹੈਗਾ। ਹੋਰ ਕਿਵੇਂ ਸਰਪੰਚ? ਠੀਕ ਆ, ਠੀਕ ਆ, ਵਧੀਆ, ਦੇਖੀ ਪੁੱਛ ਕੇ ਗੋਡੇ ਹੀ ਵੱਜ ਗਿਆ। ਉਹ ਚੱਲ ਕੋਈ ਨਹੀਂ, ਤੇ ਉਹ ਮੈਂ ਸੁਣਿਆ ਚੰਨੀ ਦੇ ਨੂੰ ਟਿਕਟ ਮਿਲ ਗਈ। ਓਹੋ, ਉਹ ਮੈਂ ਗਿਆ ਸੀਗਾ, ਹਾਂ ਉਹਨਾਂ ਨੇ ਕਿਹਾ ਆਪਾਂ ਨੂੰ ਸਾਹ ਪਿਆ ਹੈਗਾ, ਜਦੋਂ ਐਡਾ ਵੱਡਾ ਆਪਾਂ ਅਗਲੇ ਦਾ ਕੰਮ ਕਰਕੇ ਦਿੱਤਾ, ਉਹਨਾਂ ਕੰਮ ਫਸਿਆ ਹੋਇਆ ਤੈਨੂੰ ਪਤਾ ਜ਼ਮੀਨ ਦਾ, ਉਹਨਾਂ ਮੈਂ ਜ਼ਮੀਨ ਦਵਾਤੀ, ਹਜੇ ਵੀ ਟਿਕਟ ਚੰਨੀ ਨੂੰ ਦੇਣਗੇ, ਇਹ ਤਾਂ ਗਲਤ ਗੱਲ ਆ ਗਈ। ਤੇ ਉਹ ਤਾਂ ਪੱਕੀ ਹੋਈ ਪਈ ਆ ਉਹਦੀ ਟਿਕਟ ਚੰਨੀ ਦੀ, ਆਹੋ। ਚੱਲ ਕੋਈ ਗੱਲ ਨਹੀਂ, ਕਿਆ ਗੱਲ ਆ ਗਈ, ਮੈਂ ਕੇਰਾ ਨਾ ਉਹਦੇ ਕੋਲ ਜਾ ਕੇ ਆਉਣਾਗਾ ਮੈਡਮ ਕੋਲੇ, ਵੀ ਭਾਈ ਮੈਂ ਗੱਲਾਂ ਕੀ ਸੁਣੀ ਜਾਂਦਾ, ਫਿਰ ਹੀ ਆਪਾਂ ਨੂੰ ਪਤਾ ਲੱਗੂਗਾ, ਹਾਂ ਹਾਂ, ਫਿਰ ਮੈਂ ਜਾ ਆਊਂਗਾ। ਯਾਰ ਪਰ ਐਂ ਆ ਜਦੋਂ ਆਪਾਂ ਉਹਦਾ ਕੰਮ ਕਰਕੇ ਦਿੱਤਾ ਗਾ, ਹੱਕ ਨਹੀਂ ਬਣਦਾ, ਕੰਮ ਦਿਖਾੜਿਆ ਪਿਆ ਸੀਗਾ, ਸਾਰਾ ਕੰਮ ਮੈਂ ਕੱਢ ਕੇ ਦਿੱਤਾ ਗਾ, ਇੰਨਾ ਕੁ ਤਾਂ ਬੰਦੇ ਨੂੰ ਸੋਚਣਾ ਚਾਹੀਦਾ ਵੀ ਪਹਿਲੇ ਕੰਮ ਕਿਹਾ ਸੀਗਾ ਵੀ ਪਹਿਲੇ ਕੰਮ ਕਰਤਾ, ਇੰਨੀ ਕੁ ਤਾਂ ਬੰਦੇ ਨੂੰ ਗੱਲ ਸੋਚਣੀ ਚਾਹੀਦੀ ਹੈ ਨਾ। ਉਹੀ ਤਾਂ ਗੱਲ ਆ। ਚੱਲ ਕੋਈ ਗੱਲ ਨੀ, ਤੂੰ ਚਾਹ ਪਾਣੀ ਸੇਵਾ ਦੱਸ। ਬਸ ਚਾਹ ਪਾਣੀ ਦਾ। ਚੱਲ ਕੋਈ ਗੱਲ ਨੀ, ਬਿੜਕ ਤੂੰ ਐਂ ਕਰੀ ਨਾ ਮਾੜੀ ਬਿੜਕ ਛਿੜਕ ਚੰਨੀ ਤੂੰ ਵੀ ਲਈ, ਪਤਾ ਲੱਗ ਜੇ। ਲਈ ਸੀ ਮੈਂ ਬਿੜਕ, ਚੰਨੀ ਤੂੰ ਬਿੜਕ ਲਈ ਆ, ਫੇਰ ਹੀ ਮੈਂ ਤੈਨੂੰ ਦੱਸਿਆ। ਅੱਛਾ ਜੀ, ਆਹੋ ਜੀ ਆ ਗੱਲ ਆ ਗਿਆ, ਫਿਰ ਮੈਂ ਅੱਜ ਉਹਦੇ ਕੋਲ ਜਾ ਕੇ ਆਉਣਾ ਮੈਡਮ ਕੋਲ, ਵੀ ਭਾਈ ਅਸੀਂ ਗੱਲਾਂ ਕੀ ਸੁਣੀ ਜਾਂਦੇ ਪਿੰਡ 'ਚ। ਹਾਂ ਠੀਕ ਹੈ ਨਾ, ਜਾ ਕੇ ਆਈ। ਚੱਲ ਫਿਰ ਮੈਂ ਜਾ ਕੇ ਆਉਣਾ।
ਚੱਲ ਠੀਕ ਹੈ, ਚਾਹ ਪੀਣੀ ਦਾ ਘੁੱਟ ਪਿਆ ਦਿੰਦਾ। ਨਾ ਨਾ ਬਸ, ਚੱਲ ਠੀਕ ਹੈ, ਕੋਈ ਗੱਲ ਨਹੀਂ, ਤੂੰ ਚੱਲ ਫਿਰ ਤੇ ਮੈਂ ਜਾ ਆਉਣਾ ਉਹਦੇ ਕੋਲ। ਠੀਕ ਹੈ ਠੀਕ ਹੈ ਠੀਕ ਹੈ। ਇਹ ਕੀ ਗੱਲ ਸੁਣ ਲਈ ਹੈ ਰਾਜਾ, ਇਹ ਹੋਰ ਹੀ ਚੱਕਰ 'ਚ ਪਾ ਗਿਆ। ਚੱਲ ਕੋਈ ਗੱਲ ਨਹੀਂ, ਫਿਰ ਮੈਡਮ ਕੋਲ ਜਾ ਆਉਣਾ, ਜਾ ਕੇ ਤਾਂ ਪਤਾ ਲੱਗੂਗਾ ਨਾ, ਗੱਲਾਂ ਕੁਛ ਹੋਰ ਹੁੰਦੀਆਂ ਅਤੇ ਵਿੱਚੋਂ ਗੱਲ ਕੁਛ ਹੋਰ ਨਿਕਲਦੀ ਹੁੰਦੀ ਹੈ। ਕੋਈ ਗੱਲ ਨਹੀਂ, ਮੈਂ ਵੀ ਜਾ ਕੇ ਆਉਣਾ ਅੱਜ ਉਹਦੇ ਕੋਲ। ਜਾਣਾ ਕੀ ਹੈ, ਚੱਲ ਚੱਲਦੇ ਹਾਂ। ਹਾਂਜੀ ਹਾਂਜੀ, ਵਧੀਆ ਵਧੀਆ, ਬਸ ਤੁਸੀਂ ਦੱਸੋ। ਹਾਂਜੀ ਹਾਂਜੀ, ਦੱਸੋ ਜੀ ਫਿਰ, ਹੁਣ ਟਿਕਟ ਦਾ ਕਿਵੇਂ ਕਰੀਏ, ਮੈਂ ਸਰਪੰਚ ਨੂੰ ਦੇਈਏ ਜਾਂ ਫਿਰ ਚੰਨੀ ਨੂੰ ਦੇਈਏ? ਅੱਛਾ ਜੀ, ਨਹੀਂ ਉਹ ਤਾਂ ਗੱਲ ਤੁਹਾਡੀ ਠੀਕ ਹੈ ਜੀ, ਵੀ ਇਮਾਨਦਾਰ ਤਾਂ ਹੈਗਾ ਖਰ ਸਰਪੰਚ, ਉਹ ਤਾਂ ਗੱਲ ਮੈਂ ਤੁਹਾਡੀ ਮੰਨਦੀ ਹਾਂ, ਪਰ ਐਂ ਸੀ ਸਰਪੰਚ ਨੇ ਵੀ ਆਪਣਾ ਕੰਮ ਕੀਤਾ ਸੀ ਜੀ। ਹਾਂਜੀ, ਨਹੀਂ ਨਹੀਂ ਦੇਖੋ ਹੁਣ ਸਪੋਰਟ ਤਾਂ ਸਰਪੰਚ ਸਾਹਿਬ ਮੰਗਰ ਵੀ ਹੈਗੀ ਹੈ ਜੀ, ਹੈ ਨਾ, ਆਪਾਂ ਇਸ ਚੀਜ਼ ਨੂੰ ਵੀ ਨਹੀਂ ਉਹ ਕਰ ਸਕਦੇ। ਅੱਛਾ ਹਾਂ, ਚਲੋ ਫਿਰ ਜਿਵੇਂ ਤੁਹਾਨੂੰ ਠੀਕ ਲੱਗਦਾ ਜੀ। ਐਂ ਸੀ ਸਰਪੰਚ ਨੇ ਕਿਹਾ ਆਪਣਾ ਕੰਮ ਕਰਤਾ ਸੀ ਵੈਸੇ, ਫਿਰ ਚਲੋ ਹੁਣ ਤੁਸੀਂ ਕਹਿ ਰਹੇ ਹੋ ਜ਼ੋਰ ਪਾ ਰਹੇ ਹੋ ਤਾਂ ਫਿਰ ਠੀਕ ਹੈ, ਕੋਈ ਗੱਲ ਨਹੀਂ ਜੀ, ਚੰਨੀ ਨੂੰ ਦੇ ਦਾਂਗੇ ਆਪਾਂ, ਚੰਨੀ ਨੂੰ ਦੇਣੀ ਪਊ ਜੀ ਹੁਣ। ਹਾਂਜੀ 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 ਹਾਂਜੀ, ਠੀਕ ਹੈ ਜੀ, ਠੀਕ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ, ਠੀਕ ਹੈ ਜੀ? ਹਾਂਜੀ ਹਾਂਜੀ ਠੀਕ ਹੈ ਜੀ। ਅਤੇ ਮੈਂ ਤਾਂ ਤੁਹਾਡੇ ਕੋਲ ਆਇਆ ਸੀ, ਤੁਹਾਨੂੰ ਪਤਾ ਹੀ ਹੈ ਜੀ, ਦੱਸੋ ਮੈਂ ਤਾਂ ਆਇਆ ਜੀ, ਕਿਹੜੇ ਪੈਸੇ ਤੁਸੀਂ ਕਹੋ ਤੁਹਾਨੂੰ ਟਿਕਟ ਮਿਲ ਗਈ ਤਾਂ ਮੈਨੂੰ ਵੀ ਖੁਸ਼ੀ ਹੋਵੇ ਜੀ। ਉਹ ਕੋਈ ਗੱਲ ਨਹੀਂ ਸਰਪੰਚ ਸਾਹਿਬ, ਤੁਸੀਂ ਤਿਆਰੀ ਰੱਖੋ ਬਸ, ਟਿਕਟ ਤੁਹਾਡੀ ਪੱਕੀ ਹੋਈ ਹੈ। ਓਹੋ, ਮੈਨੂੰ ਤਾਂ ਹੀ ਅੱਜ ਕੱਲ੍ਹ ਫਾਈਨਲ ਹੋ ਜੂਗਾ ਜੀ, ਅੱਜ ਤੱਕ ਫਾਈਨਲ ਹੀ ਹੋਈ, ਉਹ ਤਿਆਰੀ ਤਾਂ ਮੈਂ ਉੱਥੇ ਤੱਕ ਹੀ ਬੈਠਾ ਜੀ, ਐਂ ਤਾਂ ਮੈਨੂੰ ਤੁਹਾਡਾ ਪਤਾ ਗਾ ਵੀ ਟਿਕਟ ਤਾਂ ਤੁਸੀਂ ਮੈਨੂੰ ਦਿਓਗੇ। ਹੋਰ ਦੱਸੋ ਜੀ, ਹੋਰ ਵੀ ਕੋਈ ਕੰਮ ਹੋਇਆ ਨਾ, ਜਦੋਂ ਮਰਜ਼ੀ ਦੱਸ ਦਿਓ, ਛੋਟਾ ਕੰਮ ਉਹਦੇ ਹੋ ਜੂਗਾ। ਨਹੀਂ ਨਹੀਂ ਕੋਈ ਗੱਲ ਨਹੀਂ ਸਰਪੰਚ ਸਾਹਿਬ, ਸਾਨੂੰ ਮਾਣ ਹੈ ਤੁਹਾਡੇ ਤੇ, ਸਾਨੂੰ ਵੀ ਭਰੋਸਾ ਜੀ ਤੁਹਾਡੇ ਤੇ, ਕੋਈ ਗੱਲ ਨਹੀਂ, ਇਹਨਾਂ ਇੱਕ ਦੋ ਦਿਨ 'ਚ ਕਰ ਹੀ ਦਿਓ, ਫਿਰ ਉਹ ਯਾਰ ਐਸਟੀਮੇਟ ਹੋ ਜਾਂਦਾ, ਤੁਹਾਡੇ ਨਾਲ ਆਪ ਵੀ ਵਾਅਦਾ ਰਿਹਾ 1 ਰੁਪਿਆ ਨਹੀਂ ਲਵਾਉਂਦਾ, ਸਾਰਾ ਖਰਚਾ ਜਿੰਨਾ ਹੋਊਗਾ ਨਾ ਆਪਦੇ ਕੋਲੋਂ ਕਰੂੰਗਾ। ਨਾ ਨਾ ਕੋਈ ਗੱਲ ਨਹੀਂ ਸਰਪੰਚ ਸਾਹਿਬ, ਤੁਸੀਂ ਬੇਫਿਕਰ ਹੋ ਜਾਓ, ਠੀਕ ਹੈ? ਚਲੋ ਠੀਕ, ਤੁਹਾਡੀ ਸੀਟ ਪੱਕੀ ਹੈ ਜੀ। ਚਲੋ ਧੰਨਵਾਦ ਜੀ, ਮੈਂ ਤਾਂ ਹੀ ਆਇਆ ਸੀਗਾ, ਚਲੋ ਮੈਂ ਮੈਡਮ ਕੋਲ ਜਾ ਆਵਾਂ। ਚਲੋ ਜੀ, ਮੈਨੂੰ ਤਾਂ ਫਿਰ ਛੋਟੇ ਤੇ ਭਰੋਸਾ ਗਾ। ਨਾ ਨਾ ਠੀਕ ਹੈ, ਕੋਈ ਗੱਲ ਨਹੀਂ ਸਰਪੰਚ ਸਾਹਿਬ। ਹਾਂ ਤੇ ਮਾੜਾ ਕਈ ਵਾਰੀ ਰਹੇ ਨਾ ਤਾਂ ਹਾਲੇ ਹੁੰਦੇ ਆ, ਤਿੰਨੀ ਬੱਦੀ ਵੱਧ ਪੈਰ ਜੇ ਬੰਨ ਕੇ, ਨਹੀਂ ਨਹੀਂ ਕੋਈ ਗੱਲ ਨਹੀਂ ਜੀ, ਉਹ ਮੈਂ ਆਪੇ ਸਾਂਭ ਲੂੰਗੀ ਗੱਲ, ਕੋਈ ਗੱਲ ਨਹੀਂ। ਮੈਨੂੰ ਪਤਾ ਨਾ ਪੁਰਾਣਾ ਬੰਦਾ ਫਿਰ। ਹਾਂਜੀ ਹਾਂਜੀ, ਉਹ ਤਾਂ ਗੱਲ ਤੁਹਾਡੀ ਸਹੀ ਹੈ, ਤੁਸੀਂ ਕਹਿ ਦਿਓ, ਕੋਈ ਗੱਲ ਨਹੀਂ, ਸਪੋਰਟ ਸਪੋਰਟ ਆਪਣੇ ਵੀ ਪਿੰਡ 'ਚ ਬਥੇਰੀ ਆ, ਵੋਟਾਂ ਵੋਟਾਂ ਬਥੇਰੀਆਂ, ਉਹ ਮੇਰੀ ਗੱਲ ਚੱਲ ਰਹੀ ਹੈ ਜੀ। ਬਸ ਠੀਕ ਹੈ, ਧੰਨਵਾਦ ਜੀ, ਠੀਕ ਹੈ ਠੀਕ। ਟਿਕਟ ਭਾਲਦਾ ਫਿਰਦਾ ਸਰਪੰਚ ਵੀ ਤੈਨੂੰ ਟਿਕਟ ਮਿਲੂਗੀ, ਟਿਕਟ ਦੇਣ ਦੀ ਗੱਲ ਨਹੀਂ, ਹਾਲੇ ਤਾਂ ਤੇਰੇ ਬਾਰੇ ਸੋਚਾਂਗੇ ਸਰਪੰਚ ਅਸੀਂ ਵੀ ਤੇਰਾ ਕਰਨਾ ਕੀ ਹੈ। ਮੈਡਮ ਜੀ, ਆਪਣੀ ਮੀਟਿੰਗ ਦਾ ਵੀ ਟਾਈਮ ਹੋਈ ਜਾਂਦਾ ਜੀ। ਕੋਈ ਗੱਲ ਨਹੀਂ, ਚੱਲਦੇ ਹਾਂ, ਤੁਸੀਂ ਪੇਪਰ ਪੂਪਰ ਤਿਆਰ ਕਰੋ, ਮਰ ਜਾ ਚੰਨੀ ਪ੍ਰਧਾਨ ਆਉਂਦਾ, ਉਹਦੇ ਨਾਲ 2 ਮਿੰਟ ਗੱਲ ਕਰਨੀ ਹੈ ਮੈਂ। ਠੀਕ ਹੈ ਮੈਡਮ ਜੀ, ਇਹਨੇ ਮੈਂ ਪੇਪਰ ਤਿਆਰ ਕਰ। ਹਾਂ ਜਾਓ ਤੁਸੀਂ। ਓਕੇ ਮੈਮ। ਸਤਿ ਸ਼੍ਰੀ ਅਕਾਲ ਮੈਡਮ ਜੀ। ਸਤਿ ਸ਼੍ਰੀ ਅਕਾਲ, ਹੋਰ ਕਿੱਦਾਂ ਚੰਨੀ? ਵਧੀਆ ਮੈਡਮ ਜੀ, ਤੁਸੀਂ ਸੁਣਾਓ? ਠੀਕ ਹੈ ਵਧੀਆ, ਚੜ੍ਹਦੀ ਕਲਾ। ਤੇ ਸਰਪੰਚ ਆਏ ਤੁਹਾਡੇ ਕੋਲ? ਉਹ ਤਾਂ ਤੈਨੂੰ ਪਤਾ ਹੀ ਹੈ, ਇਹ ਤਾਂ ਗੇੜੇ ਮਾਰਦੀ ਰਹਿੰਦੀ ਹੈ ਜਨਤਾ ਤਾਂ। ਇਹ ਤਾਂ ਠੀਕ ਆ, ਕੰਮ ਜਿਹਾ ਕਰਾਇਆ ਜੇ ਮੈਂ ਉੱਧਰ ਨਾ ਤਕੜਾ ਭਾਰੀ ਹੋ ਜੇ ਨਾ। ਹੋ ਤੂੰ ਛੱਡ ਚੰਨੀ, ਤੇਰੀ ਟਿਕਟ ਪੱਕੀ ਆ। ਤੇ ਵੰਡਦਾ ਲੱਡੂ ਮੈਂ? ਵੰਡਦੇ ਵੰਡਦੇ ਖਿੱਚ ਤਿਆਰੀ, ਖਵਾ ਸਾਰੇ ਪਿੰਡ ਨੂੰ ਲੱਡੂ ਤੂੰ। ਚੱਲ ਠੀਕ ਆ। ਇਹ ਸਰਪੰਚ ਵਰਗੇ ਤਾਂ 3600 ਤੁਰੇ ਫਿਰਦੇ ਨੇ। ਮੈਂ ਕਈ ਵਾਰੀ ਆ ਜਾਂਦਾ ਨਾ ਦਿਲ ਉੱਧਰ। ਇਹ ਤਾਂ ਸਾਡਾ ਕੰਮ ਲੈਣਾ, ਤੁਹਾਨੂੰ ਪਤਾ ਹੀ ਹੈ ਸਿਆਸਤ ਹੁੰਦੀ ਹੈ ਸਾਡੀ। ਇਹ ਤਾਂ ਆਪਾਂ ਕੰਮ ਲੈਣਾ ਤੇ ਸਰਪੰਚ ਤੋਂ ਲੈ ਲਿਆ,
ਹਾਂ ਪਰ ਆਪਾਂ ਦੀ ਪਾਰਟੀ ਚ ਬੰਦਾ ਇਮਾਨਦਾਰ ਕਿੱਥੇ ਟਿਕੂਗਾ, ਜੇ ਇਮਾਨਦਾਰੀ ਕਰੂ ਆਪਾਂ ਨੂੰ ਕੁਛ ਪੈਸਾ ਬਚਣਾ ਨੀ, ਉਹੀ ਤਾਂ ਗੱਲ ਹੈ। ਹਾਂ ਇਹ ਤਾਂ ਬਸ ਸਿਆਣੇ ਤੁਸੀਂ ਮੈਡਮ ਜੀ। ਚੱਲ ਠੀਕ ਆ ਮੈਡਮ ਜੀ, ਹਾਂ ਠੀਕ ਹੈ, ਖਿੱਚ ਤਿਆਰੀਆਂ। ਚੰਗਾ ਚੰਗਾ ਮੈਡਮ ਜੀ। ਹਜੇ ਤੱਕ ਆਏ ਹੀ ਨਹੀਂ ਹੈਗੇ। ਓਏ ਆ ਗਿਆ, ਕੀ ਬਣਿਆ? ਬਹਾਨਾ ਕੀ ਹੈ, ਤੇਰੀ ਦੁਆ ਪੂਰੀ ਹੋ ਗਈ। ਹਾਏ ਮੈਂ ਮਰ ਜਾ, ਤੁਸੀਂ ਐਮਐਲਏ ਬਣ ਗਏ? ਉਹ ਬਣੇ ਨਹੀਂ, ਟਿਕਟ ਮਿਲੂਗੀ ਤੇ ਨਾਲੇ ਤੇਰੇ ਬਣੇ ਤਾਂ ਪਏ ਹੋ, ਫਿਰ ਟਿਕਟ ਜੇ ਮਿਲ ਗਈ ਫਿਰ ਐਮਐਲਏ ਵੀ ਤਾਂ ਬਣੀ ਗਏ ਤੁਸੀਂ। ਹਾਂ ਬਣ ਗਏ, ਤੇਰੇ ਮੂੰਹ ਚ ਘਿਓ ਸ਼ੱਕਰ ਆ। ਚਲੋ ਬਹੁਤ ਵਧੀਆ ਹੋਇਆ, ਰੱਬ ਦਾ ਬਹੁਤ ਬਹੁਤ ਸ਼ੁਕਰ ਆ। ਨਾਲੇ ਗੱਲ ਸੁਣ ਲੈ, ਮੇਰੇ ਏਰੀਏ ਚ ਨਾ ਆਪਾਂ ਦੇ ਸਾਰੇ ਰਿਸ਼ਤੇਦਾਰ ਆਉਂਦੇ ਤੇ ਸਾਰੇ ਰਿਸ਼ਤੇ ਨੂੰ ਫੋਨ ਕਰਕੇ ਕਹਿ ਦੀ ਵੀ ਵੋਟਾਂ ਸਾਨੂੰ ਆਉਣੀਆਂ ਚਾਹੀਦੀਆਂ ਤੇ ਨਾਲੇ ਆਂਢ ਗੁਆਂਢ ਦੀਆਂ ਸਾਰੀਆਂ ਵੋਟਾਂ ਸਾਨੂੰ ਪੈਣੀਆਂ ਚਾਹੀਦੀਆਂ। ਉਹਦੀ ਤੁਸੀਂ ਬਿਲਕੁਲ ਟੈਨਸ਼ਨ ਨਾ ਲਓ, ਮੈਂ ਤਾਂ ਪਹਿਲਾਂ ਹੀ ਫੋਨ ਕਰਤਾ ਸੀ ਉਹਨਾਂ ਨੂੰ। ਤੇ ਨਾਲੇ ਗੱਲ ਹੋਰ, ਬਰਵਿੰਦਰ ਵੀਰ ਨੂੰ ਕਹਿ ਦੀ ਵੀ ਆ ਜਾਊਗਾ ਤਿੰਨ ਚਾਰ ਮੁੰਡੇ ਲੈ ਕੇ, ਉਹ 2 ਮਹੀਨੇ ਮੇਰੇ ਨਾਲ ਰਹੂਗਾ ਹੁਣ। 2 ਮਹੀਨੇ ਤੁਹਾਡੇ ਨਾਲ? ਤੇ ਹੋਰ, ਤੁਹਾਨੂੰ ਪਤਾ ਤਾਂ ਹੈ ਉਹਦੀ ਆਦਤ ਦਾ, ਕਿੱਥੇ ਐਡਜਸਟ ਕਰ ਲੂਗਾ ਉਹ? ਉਹ ਕਰ ਲੂਗਾ, ਆਪਾਂ ਪੇਮੈਂਟ ਦੇਵਾਂਗੇ, ਆਪਾਂ ਕਿਹੜਾ ਉਹ ਫ੍ਰੀ ਰੱਖਦੇ ਹਾਂ। ਫਿਰ ਤਾਂ ਆ ਜਾਊਗਾ ਉਹ ਜੇ ਤੁਸੀਂ ਪੇਮੈਂਟ ਦਓਗੇ। ਪੇਮੈਂਟ ਦੇਵਾਂਗੇ, ਪੇਮੈਂਟ ਕਿਉਂ ਨਹੀਂ ਦੇਣਾ, ਦੂਜੇ ਮੁੰਡੇ ਵੀ ਹੋਣਗੇ ਨਾਲ, ਨਾਲ ਵੀ ਚਾਹੀਦੇ ਆ, ਨਾਲੇ ਪੁਲਿਸ ਵਾਲੇ ਹੋਣਗੇ, ਪਰ ਉਹ ਵੱਧ ਪੈਂਦਾ ਨਾ ਜਦੋਂ ਬੰਦੇ ਨਾਲ ਹੋਣ ਵੱਧ। ਸਹੀ ਗੱਲ ਆ, ਕਰੋ ਪਊ ਫਿਰ ਤੇਰੇ ਯਾਰ ਦਾ। ਸ਼ਾਬਾਸ਼। ਹਾਂ ਤੇ ਮਠਾਈ ਮਠੂਈ ਲਿਆਈ ਨੀ? ਮੈਂ ਹਲਵਾਈ ਨੂੰ ਕਹਿ ਆ ਮੈਂ 2 ਕੁਇੰਟਲ ਮਠਿਆਈ ਤਿਆਰ ਕਰ ਦੇ। ਹੁਣ ਤਾਂ ਲਿਆਂਦੇ, ਹੁਣ ਤਾਂ ਮੇਰਾ ਮੂੰਹ ਮਿੱਠਾ ਕਰਾ ਦਿੰਦੇ, ਉਹ ਤੇਰੇ ਵਾਸਤੇ ਖੁਸ਼ੀ ਜੀ ਲੈ ਕੇ ਆ ਗਏ। ਉਹ ਤੇਰੇ ਵਾਸਤੇ ਸਪੈਸ਼ਲ ਬਰਫੀ ਕਿਹਾ ਮੈਂ, ਖੋਏ ਦੀ ਤਿਆਰ ਕਰ ਦੇ, 5 ਕਿਲੋ, ਕੋਈ ਰਿਸ਼ਤੇਦਾਰ ਆਉਣਗੇ ਤੇ ਚਾਹ ਪਾਣੀ ਤੇ ਪਿਆਵਾਂਗੇ। ਬਸ ਆ ਲਾਣ ਹੋਣ ਵਾਲਾ ਹੈ, ਉਹ ਸਰਪੰਚ ਵੀ ਮੈਂ ਪੁੱਛਿਆ ਸੀ ਉਦੋਂ, ਮੈਂ ਸਰਪੰਚ ਵੀ ਫਿਰਦਾ ਟਿਕਟ ਲੈਣ ਨੂੰ, ਉਹ ਕਹਿੰਦਾ 3600 ਵਰਦੇ ਆਏ ਸਰਪੰਚ। ਕੌਣ ਕਹਿੰਦਾ? ਮੈਡਮ ਕਹਿੰਦੀ। ਅੱਛਾ, ਹਾਂ ਬਹੁਤ ਜ਼ਿਆਦਾ ਉਹਦਾ ਨਜ਼ਾਰਾ ਹੀ ਲਿਆਤਾ ਮੈਡਮ ਜੀ। ਤੇ ਮੈਂ ਕਿਹਾ ਇਮਾਨਦਾਰ ਬੰਦੇ ਨਾਲ ਆਪਾਂ ਦੀ ਪਾਰਟੀ 'ਚ ਕਿੱਥੇ ਜੱਜਦੇ ਆ। ਨਹੀਂ ਵੈਸੇ ਇੱਕ ਗੱਲ ਹੈ, ਮੈਡਮ ਵੀ ਪੈਸੇ ਪੂਸੇ ਲੈਂਦੀ ਆ? ਲੈ ਹੋਰ ਉਹ ਵੀ ਫਿਰਦੀ ਆ ਮੈਡਮ, ਪਤਾ ਕਰੋੜਾਂ ਰੁਪਏ ਲੱਗਦਾ ਪ੍ਰਚਾਰ ਤੇ। ਅੱਛਾ, ਤੇ ਹੋਰ ਐਡੀਆਂ ਪੇਟੀਆਂ ਆਉਂਦੀਆਂ ਅੰਦਰ ਤੇ 2 ਨੰਬਰੀਆਂ ਦੇ ਆਉਂਦੇ ਪੈਸੇ, ਹੋਰ 1 ਨੰਬਰ ਕਿਹੜਾ ਦਿੰਦਾ ਪੈਸਾ, ਕੋਈ ਨਹੀਂ ਦਿੰਦਾ। ਚੰਗਾ, ਮੈਨੂੰ ਨਹੀਂ ਪਤਾ ਸੀਗਾ, ਫਿਰ ਤਾਂ ਤੁਸੀਂ ਵੱਧ ਪੈਸੇ ਦਿੱਤੇ ਹੋਣੇ ਮੈਡਮ ਨੂੰ। ਨਹੀਂ ਮੈਂ ਤੇ ਪੈਸਾ 1 ਨਹੀਂ ਦਿੱਤਾ, ਮੈਂ ਤਾਂ ਖਾਸ ਬੰਦਾ ਹਾਂ, ਕੰਮ ਵਾਲੇ ਕਰਦਾ, 2 ਨੰਬਰ ਦੇ ਕੰਮ ਸਾਰੇ ਮੇਰੇ ਕੋਲ ਹੀ ਹੈ, ਤੈਨੂੰ ਤਾਂ ਅਜੇ ਦੱਸੇ ਨਹੀਂ ਕੁਛ। ਉਹ ਯਾਰ ਮੈਂ ਤਾਂ ਹੀ ਤਾਂ ਕਹਿੰਦਾ ਹੁੰਦਾ ਰਾਜਨੀਤੀ ਭੇਤ ਨਹੀਂ ਦੇਈਦਾ ਹੁੰਦਾ, ਨਾ ਮੈਂ ਕਿਸੇ ਦਿੱਤੀ ਜਾਂ ਅੱਜ ਕੱਲ੍ਹ। ਸਹੀ ਗੱਲ ਹੈ, ਮੈਨੂੰ ਕਾਹਤੋਂ ਭੇਜ ਦਿੰਦੇ ਹੋ ਤੁਸੀਂ? ਉਹ ਯਾਰ ਤੈਨੂੰ ਸਾਰਾ ਕੁਝ ਦੱਸਾਂਗੇ, ਪਰ ਐ ਹੁੰਦਾ ਤੁਹਾਡੀ ਗੱਲ ਪੱਚਦੀ ਨਹੀਂ ਹੁੰਦੀ। ਆਹੋ ਠੀਕ ਹੈ ਜੀ, ਤੁਹਾਡੀ ਪੱਚਦੀ ਹੁੰਦੀ ਹੈ ਗੱਲ ਹਮੇਸ਼ਾ। ਯਾਰ ਤੂੰ ਦੋਵੇਂ ਗੁੱਸੇ ਹੋ ਜਾਂਦੇ ਆ, ਸਾਰਾ ਕੁਝ ਤੈਨੂੰ ਪਤਾ ਲੱਗਾ, ਤੈਨੂੰ ਸਾਰੇ ਪੈਸੇ ਤੈਨੂੰ ਲਿਆ ਕੇ ਫੜਾਉਣਾ ਹੁੰਦਾ, ਪਰ ਆਉਂਦੇ ਕਿੱਥੋਂ ਪੈਸੇ? ਠੀਕ ਆ, ਹੁਣ ਮੈਂ ਚਾਹ ਬਣਾਵਾਂ ਤੁਹਾਡੇ ਲਈ? ਉਹ ਚਾਹ ਨਹੀਂ, ਦੁੱਧ ਦੇ ਪੱਤੀ ਪਾ ਅੱਜ ਤੇ। ਚੰਗਾ, ਬਾਕੀ ਮਠਾਈ ਵਾਲੇ ਨੂੰ ਛੇਤੀ ਤੋਂ ਛੇਤੀ ਫੋਨ ਕਰ ਦਿਓ। ਆਹੋ ਤਾਂ ਕਰ ਦੂੰਗਾ, ਤੇ ਨਾਲੇ ਵੀਰੇ ਨੂੰ ਵੀ ਕਰਦੇ ਫੋਨ, ਪ੍ਰਵਿੰਦਰ ਨੂੰ ਮੇਰੇ ਸਾਲੇ ਨੂੰ। ਠੀਕ ਹੈ ਜੀ। ਓ ਮੈਡਮ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਜਿਹੜਾ ਮੇਰੇ ਬਾਰੇ ਸੋਚਿਆ, ਜਿਹੜਾ ਮੈਨੂੰ ਟਿਕਟ ਦੇਤੀ। ਲੈ ਹੋਰ ਪ੍ਰਧਾਨ ਸਾਹਿਬ, ਤੁਸੀਂ ਸਾਡੇ ਪੁਰਾਣੇ ਬੰਦੇ, ਤੁਹਾਡੇ ਬਾਰੇ ਨਹੀਂ ਸੋਚਾਂਗੇ ਤਾਂ ਹੋਰ ਕਿਹਦੇ ਬਾਰੇ ਸੋਚਾਂਗੇ? ਇਹ ਤਾਂ ਹੈ, ਮੈਨੂੰ ਤਾਂ ਬਹੁਤ ਉਮੀਦ ਸੀ, ਮੈਂ ਤਾਂ ਪਹਿਲਾਂ ਸੀ, ਪਹਿਲਾਂ ਤੋਂ ਅੱਜ ਕੱਲ੍ਹ ਮੇਰੇ ਘਰ ਦੇ ਕਹਿੰਦੇ ਮੈਨੂੰ ਟਿਕਟ ਮਿਲਣੀ ਨਹੀਂ, ਮੈਂ ਮੈਡਮ ਨੇ ਆਖਿਆ ਟਿਕਟ ਮੈਨੂੰ ਮਿਲੂਗੀ, ਇਹਨੇ ਉਹਨੂੰ ਵਾਅਦਾ ਕੀਤਾ, ਮੈਂ ਇਹੋ ਜਿਹੇ ਵਾਅਦੇ 3600 ਕਰਦੇ ਹਾਂ, ਅਤੇ ਮੈਂ ਪੁਰਾਣਾ ਬੰਦਾ, ਮੈਂ ਹਰ ਕੰਮ ਮੈਂ ਕਰਕੇ ਦਿੰਦਾ, ਜੇ ਇੱਕ ਕੰਮ ਨਹੀਂ ਹੋਇਆ ਤਾਂ ਕੋਈ ਗੱਲ ਨਹੀਂ, ਉਹ ਵੀ ਆਪਣਾ ਕੰਮ ਮੈਡਮ ਨੇ ਕਢਾ ਲਿਆ, ਸਰਪੰਚ ਤੋਂ ਕਢਵਾ ਲਿਆ, ਉਹ ਵੀ ਆਪਾਂ ਦਾ ਕੰਮ ਹੀ ਆ। ਪ੍ਰਧਾਨ ਸਾਹਿਬ, ਆਪਾਂ ਸਰਪੰਚ ਵਰਗਿਆਂ ਨੂੰ ਕੀ ਲਈ ਬੈਠੇ ਹਾਂ, ਇਹ ਤਾਂ ਤੁਹਾਨੂੰ ਵੀ ਪਤਾ ਹੈ। ਜੇ ਮਾੜਾ ਜਿਹਾ ਉਹਨੂੰ ਇਮਾਨਦਾਰ ਵਾਲਾ ਜੀ, ਉਹ ਨਾ ਉਹਨਾਂ ਨਾਲ ਆਪਣਾ ਚੱਲਣਾ ਹੀ ਨਹੀਂ ਸੀ। ਹਾਂ ਸਿਸਟਮ ਨਹੀਂ ਚੱਲਣਾ,
ਕਿਉਂ ਫਿਰ ਸਾਰੀ ਕਮਾਈ ਫਿਰ ਦੋ ਨੰਬਰ ਇਹਦੀ ਆਉਂਦੀ ਹੈ ਜੀ, ਇੱਕ ਨੰਬਰ ਤੇ ਇਹੀ ਵੀ ਕੰਮ ਜੀ ਆਪਾਂ ਦਾ। ਨਾਲੇ ਗੱਲ ਸੁਣ ਚੰਨੀ ਮੇਰੀ, ਹੁਣ 25% ਸਿੱਧਾ ਮੇਰਾ ਡਿੱਗਣਾ ਚਾਹੀਦਾ। ਮੈਡਮ ਜੀ 25 ਤੋਂ 30 ਤੁਹਾਡਾ ਪਹਿਲਾ ਹਿੱਸਾ ਨਿਕਲਿਆ ਕਰੂਗਾ, ਦੂਜਾ ਕੰਮ ਬਾਅਦ 'ਚ ਹੋਇਆ ਕਰੂਗਾ ਜੀ, ਤੁਸੀਂ ਨਾ ਫਿਕਰ ਕਰੋ ਜੀ, ਤੁਹਾਨੂੰ ਪਤਾ ਤਾਂ ਹੈਗਾ ਪਹਿਲਾਂ ਹਿੱਸਾ ਤੁਹਾਡਾ ਆਉਂਦਾ ਹੀ ਹੈ, ਮੇਰਾ ਤਾਂ ਬਾਅਦ 'ਚ ਮੈਂ ਤਾਂ 10% ਹੀ ਮਿਲ ਜਾਏ, ਉਹ ਵੀ ਬਹੁਤ ਹੈ, ਪਰ ਸਿਰ 'ਤੇ ਹੱਥ ਰੱਖਿਓ ਤੁਸੀਂ ਜੀ। ਹੁਣ ਤਾਂ ਟੈਨਸ਼ਨ ਨਾ ਲੈ, ਸਿਰ 'ਤੇ ਹੱਥ ਹੀ ਹੈ ਚੰਨੀ। ਆ ਸਰਪੰਚ ਕੀ ਲੈਣਾ ਹੈ ਇੱਥੇ, ਮੈਂ ਦੱਸ ਨਿਆ ਜੀ, ਮੈਂ ਤਾਂ ਤੁਹਾਡੇ ਤੇ ਐਡਾ ਵੱਡਾ ਵਿਸ਼ਵਾਸ ਕੀਤਾ ਸੀਗਾ, ਤੁਸੀਂ ਤਾਂ ਮੇਰਾ ਵਿਸ਼ਵਾਸ ਹੀ ਤੋੜਤਾ। ਹੁਣ ਨਹੀਂ ਨਹੀਂ ਸਰਪੰਚ ਸਾਹਿਬ, ਇਹੋ ਜਿਹੀ ਵਿਸ਼ਵਾਸ ਤੋੜਨ ਵਾਲੀ ਕੋਈ ਗੱਲ ਨਹੀਂ, ਟਿਕਟ ਤੁਹਾਨੂੰ ਵੀ ਮਿਲੂਗੀ, ਦੂਜੇ ਪਾਸੇ ਟਿਕਟ ਤੁਹਾਨੂੰ ਹੀ ਦਬਾਵਾਂਗੇ। ਦੂਜੇ ਪਾਸੇ ਇਹ ਕੀ ਮਤਲਬ ਹੋਇਆ ਦੂਜੇ ਪਾਸੇ? ਮੈਨੂੰ ਤਾਂ ਜਿਹੜੀ ਆ ਸੀਟ ਦਿੱਤੀ ਚੰਨੀ ਨੂੰ ਜੀ, ਇਹ ਸੀਟ ਚਾਹੀਦੀ ਆ। ਹੋ ਇੱਥੇ ਤੇਰਾ ਕੰਮ ਲੋਟ ਨਹੀਂ ਆਉਂਦਾ ਤੀ ਸਰਪੰਚਾ, ਹੁਣ ਜਿਹੜੀਆਂ ਉਹਦੀਆਂ ਵੋਟਾਂ ਨੇ ਚੰਨੀ ਦੀਆਂ, ਫਿਰ ਉਹ ਕਿਸੇ ਹੋਰ ਪਾਰਟੀ ਵੱਲ ਪਵਾਉਂਦਾ, ਤੇ ਸਾਡੀ ਪਾਰਟੀ ਦਾ ਤਾਂ ਨੁਕਸਾਨ ਹੋ ਜਾਣਾ ਸੀ ਨਾ, ਸਮਝੀ ਦੀ ਹੁੰਦੀ ਹੈ ਗੱਲ। ਉਹ ਨਹੀਂ ਜੀ, ਇਹਦੀ ਵੋਟ ਹੀ ਇੰਨੀ ਬਣੀ ਵੀ ਆ, ਚਾਹੇ ਕਿੰਨੀਆਂ ਮਰਜ਼ੀ ਵੋਟਾਂ ਉੱਧਰ ਪਾ ਦਿੰਦਾ, ਪਰ ਮੈਂ ਫਿਰ ਵੀ ਨਹੀਂ ਹਟਦਾ ਸੀ, ਮੇਰੇ ਕੰਮ ਹੀ ਇੰਨੇ ਕਰੇ ਵੇ ਆ। ਹਾਈ ਵੀ ਜੇ ਤੁਸੀਂ ਕੁਛ ਕਰ ਸਕਦੇ ਹੋ ਨਾ, ਮੈਂ ਤਾਂ ਤੁਹਾਨੂੰ ਕਹਿਣਾ ਕਰ ਲਓ, ਮੈਨੂੰ ਜੇ ਤੁਸੀਂ ਇਹੀ ਸੀਟ ਦੇ ਦਿਓ ਨਾ, ਮੈਂ ਤੁਹਾਨੂੰ ਕੱਢ ਕੇ ਦਿਖਾਊਂ ਸੀਟ ਇਹ। ਹੋ ਤਾਂ ਗੱਲ ਤੇਰੀ ਠੀਕ ਹੈ ਸਰਪੰਚਾ, ਫਿਰ ਸਾਡੇ 'ਤੇ ਵੀ ਉੱਪਰੋਂ ਪ੍ਰੈਸ਼ਰ ਹੁੰਦਾ ਨਾ। ਮੈਨੂੰ ਆਹ ਗੱਲ ਦਾ ਪਤਾ ਨਹੀਂ ਸੀਗਾ ਜੀ, ਕਿ ਮੈਨੂੰ ਆਹ ਗੱਲ ਦਾ ਪਹਿਲਾਂ ਪਤਾ ਹੁੰਦਾ ਨਾ, ਤਾਂ ਮੈਂ ਤੁਹਾਡੇ ਨਾਲ ਪਹਿਲਾਂ ਇਹੀ ਗੱਲ ਹੀ ਕਰਨੀ ਸੀ ਵੀ ਸੀਟ ਲੈਣੀ ਤਾਂ ਮੈਂ ਇਹੀ ਲੈਣੀ ਆ। ਆਹ ਮੈਨੂੰ ਤਾਂ ਇਹ ਗੱਲ ਦਾ ਪਤਾ ਨਹੀਂ ਸੀਗਾ ਵੀ ਚੱਕ ਕੇ ਤੁਸੀਂ ਮੈਨੂੰ ਹੋਰ ਪਾਸੇ ਮਾਰੋਗੇ। ਉਹ ਫਿਰ ਕੀ ਹੋ ਗਿਆ ਸਰਪੰਚ ਸਾਹਿਬ, ਤੁਸੀਂ ਘਬਰਾਉਂਦੇ ਕਾਹਤੋਂ? ਤੁਸੀਂ ਵੀ ਵਧੀਆ ਬੰਦੇ ਹੋ, ਤੁਹਾਡੇ ਵਰਗਾ ਬੰਦਾ ਮਿਲਣਾ ਬਹੁਤ ਮੁਸ਼ਕਲ ਹੈ ਸਾਡੀ ਪਾਰਟੀ ਨੂੰ, ਤੁਹਾਨੂੰ ਹੋਰ ਪਾਸੇ ਕਰਦੇ ਹਾਂ ਅਸੀਂ, ਐਵੇਂ ਨਾ ਕਰੋ ਤੁਸੀਂ, ਸਮਝੀ ਦਾ ਹੁੰਦਾ। ਕੀ ਸਮਝਾਂ ਜੀ, ਹੁਣ ਤਾਂ ਸਮਝਣ ਸਮਝਾਉਣ ਵਾਲੀ ਗੱਲਾਂ ਨਹੀਂ ਰਹੀਆਂ ਇੱਥੇ, ਮੇਰਾ ਤਾਂ ਦਿਲ ਹੀ ਟੁੱਟ ਗਿਆ, ਹੁਣ ਭਾਵੇਂ ਮੈਨੂੰ ਸੀਟ ਮਿਲ ਜੇ, ਮੈਨੂੰ ਤਾਂ ਫਿਰ ਵੀ ਐਂ ਲੱਗੂਗਾ ਵੀ ਮਿਲੀ ਨਹੀਂ। ਮੈਨੂੰ ਤਾਂ ਲੱਗਦਾ ਸਰਪੰਚ ਸਾਹਿਬ ਤੁਹਾਡੀ ਤੇ ਚੰਨੀ ਦੀ ਕੋਈ ਪ੍ਰੋਬਲਮ ਹੈ। ਉਹ ਪ੍ਰੋਬਲਮ ਹੈ ਕੋਈ ਗੱਲ ਨਹੀਂ, ਤੁਸੀਂ ਇੱਦਾਂ ਕਿਉਂ ਕਰ ਰਹੇ ਹੋਗੇ, ਉਹ ਵੀ ਸਮਝਾ ਦਾਂਗੇ ਤੁਹਾਡੀ। ਉਹ ਕੀ ਸਮਝਾਉਂਗੇ ਜੀ, ਜਿਹੜੀ ਸਾਡੀ ਪ੍ਰੋਬਲਮ ਆ ਉਹ ਸਮਝਾਉਣ ਵਾਲੀ ਨਹੀਂ ਤੇ, ਜੇ ਤੁਸੀਂ ਕਹੋਗੇ ਅਸੀਂ ਬੈਠ ਕੇ ਨਿਬੇੜ ਦਾਂਗੇ, ਸਾਡੀਆਂ ਗੱਲਾਂ ਬੈਠ ਕੇ ਨਿਬੇੜਨ ਵਾਲੀਆਂ ਨਹੀਂ, ਸਾਡਾ ਤਾਂ ਕੰਮ ਬਾਹਲਾ ਵਧਿਆ ਪਿਆਗਾ। ਚਲੋ ਕੋਈ ਗੱਲ ਨਹੀਂ ਜੀ, ਜਿਹੜਾ ਕੁਛ ਹੋ ਗਿਆ ਠੀਕ ਹੈ। ਹੌਂਸਲਾ ਨਾ ਛੱਡੋ ਸਰਪੰਚ ਸਾਹਿਬ, ਹੌਂਸਲਾ ਨਾ ਛੱਡੋ। ਕੋਈ ਹੌਂਸਲਾ ਕੀ ਨਾ ਛੱਡ ਗਏ ਜੀ, ਅਤੇ ਕੀ ਰਹੂਗਾ ਹੌਂਸਲਾ, ਹੁਣ ਤਾਂ ਮੈਨੂੰ ਕੁਝ ਸੋਚਣਾ ਪਊ ਵੀ ਕੀ ਕਰਨਾ ਅਤੇ ਕੀ ਨਹੀਂ ਕਰਨਾ। ਚਲੋ ਤੁਸੀਂ ਤਾਂ ਆਪਦਾ ਜਿਹੜਾ ਕੰਮ ਕਰਨਾ ਸੀ ਕਰ ਲਿਆ, ਹੁਣ ਮੈਂ ਸੋਚਦਾ ਵੀ ਅੱਗੇ ਕੀ ਕਰਨਾ ਅਤੇ ਕੀ ਨਹੀਂ ਕਰਨਾ। ਚਲੋ ਠੀਕ ਹੈ ਜੀ, ਧੰਨਵਾਦ ਤੁਹਾਡਾ। ਠੀਕ ਹੈ ਜੀ, ਹਾਂ ਵੱਡਾ ਹੈ ਟਿਕਟ ਲੈਣ ਵਾਲਾ। ਉਹ ਤੁਸੀਂ ਰੁਕੋ ਇੱਥੇ ਬਹਿ ਸਾਰੇ, ਆਹ ਪਾਣੀ ਪਿਆ ਨਾ ਸਰ, ਲਾ ਬੁਲ ਬੁਲ ਆ ਲੈ ਐਮਐਲਏ ਦੀ ਟਿਕਟ ਪੜੋ, ਪੱਕੀ ਮਿਲ ਗਈ। ਹਾਏ ਮਰ ਜਾ, ਹੁਣ ਤੂੰ ਐਮਐਲਏ ਨਹੀਂ ਬਣ ਗਈ। ਲੈ ਉਹ ਬਾਈ ਪਿਆਲੇ ਦੇ ਚਾ, ਲੈ ਕਰ ਹਲਵਾਈ ਲਿਆ, ਕਿੱਥੇ ਬਿਠਾਈਏ ਆਪਾਂ? ਉਹ ਵਾਲੇ ਮੰਜੇ ਤੇ ਬਿਠਾ ਦਿੰਦੇ ਹਾਂ। ਖੜੇ ਸਿੰਦਰ ਦਾ ਹੈਲੋ, ਆ ਸਿੰਦੇ ਕਿਵੇਂ ਆ? ਆ ਕਰ 300
ਐ ਕਰ 500 ਬੰਦੇ ਦਾ, ਹਾਂ 500 ਬੰਦੇ ਦਾ ਸਮਾਨ ਤਿਆਰ ਕਰ ਦੇ ਜਲਦੀ ਜਲਦੀ। ਹਾਂ ਤੈਨੂੰ ਕਿਹਾ 5 ਕੁਇੰਟਲ ਤਾਂ ਕਹੇ ਹੋਏ ਸੀ ਲੱਡੂ, ਹਾਂ ਭੇਜ ਦੇ ਜਲਦੀ। ਕਿੰਨੇ ਮਿੰਟਾਂ 'ਚ? 15 'ਚ ਬਸ, ਭੇਜ ਦੀ ਚੱਲ ਜੀ। ਓਏ ਆਪ ਕੀ ਦਾ ਫੇਰ ਆ ਜਾਂਦਾ। ਹਾਂ ਹਾਂ ਹੈਲੋ, ਹਾਂ ਵਧਾਈਆਂ ਜੀ, ਵਧਾਈਆਂ ਤੁਹਾਨੂੰ ਵੀ। ਉਹ ਤੁਹਾਡੇ ਕੰਮ ਕਰਨੇ ਨਾ, ਟੈਨਸ਼ਨ ਨਾ ਲਓ, ਹੁਣ ਸਪੋਰਟਰ ਤੇ ਤੁਹਾਨੂੰ ਪਤਾ ਹੀ ਆ, ਬਸ ਭੇਜ ਦੇ ਉਹ। ਹਾਂ ਭੇਜ ਦੇ ਕੋਈ ਟੈਨਸ਼ਨ ਨਾ ਲਿਓ ਹੁਣ। ਬਸ ਜੀ ਖਰਚਾ ਲੱਗੇ ਉਹ ਆ ਹੀ ਜਾਂਦੇ। ਬਾਜੂ ਗੱਲ ਕਰ ਲਓ, ਬੰਦ ਕਰਨ ਦੇ ਫੋਨ ਮੈਨੂੰ, ਚੱਕ ਬੰਦ ਕਰ। ਉਹ ਯਾਰ ਹੁਣ ਫੋਨ ਤੇ ਆਉਣਗੇ ਸਾਰਿਆਂ ਦੇ, ਵਧਾਈਆਂ ਟਿਕਟ ਮਿਲੀ ਆਪਾਂ ਨੂੰ। ਕਿਆ ਬਾਤ ਹੈ ਬਾਜੀ, ਫਿਰ ਤੁਸੀਂ ਜਿੱਤੀ ਲਈ। ਉਹ ਜਿੱਤੀ ਲਈ, ਤੇਰੀ ਦੁਆ ਨਾ ਕੰਮ ਕਰ ਗਈ। ਤੁਹਾਡੀ ਮਿਹਨਤ ਵੀ ਕੰਮ ਕਰ ਗਈ। ਤਾਂ ਮਿਹਨਤ ਤੇ ਕਰ, ਇੰਨੀ ਮਿਹਨਤ ਤਾਂ ਤੁਸੀਂ ਕਰੀ ਆ। ਉੱਥੇ ਸਰਪੰਚ ਵੀ ਆ ਗਿਆ ਸੀ, ਉਹਦਾ ਮੂੰਹ ਤਾਂ ਦੇਖਣ ਵਾਲਾ ਹੋਊਗਾ। ਦੇਖਣ ਕੇ ਮੈਨੂੰ ਨਜ਼ਾਰਾ ਹੀ ਆ ਗਿਆ। ਉਹ ਆ ਕੇ ਨਾ ਤੂੰ ਹਾਰ ਪਾਈ ਨਾ, ਮੈਂ ਹਾਰ ਨਹੀਂ ਤੇ ਫੁੱਲ ਵੀ ਬਰਸਣਗੇ ਯਾਰਾਂ ਦੇ। ਹੋਰ ਹਾਂ ਚਲ ਮੈਂ ਕਰਦਾ, ਤੂੰ ਇਹਨਾਂ ਨੂੰ ਚਾਹ ਪਾਣੀ ਪਿਆ, ਰਿਸ਼ਤੇਦਾਰਾਂ ਨੂੰ ਫੋਨ, ਬਲਵਿੰਦਰ ਨੂੰ ਕਹਿ ਫੋਨ ਆਉਣ ਨੂੰ ਆਇਆ ਨਹੀਂ ਉਹ। ਮੈਂ ਜੀ ਕਰਿਆ ਸੀਗਾ ਫੋਨ, ਉਹ ਕਹਿੰਦਾ ਮੈਂ ਸ਼ਾਮ ਤੱਕ ਆ ਜਾਵਾਂਗਾ। ਠੀਕ ਆ, ਆਇਆ 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 ਗੁਰਿਆ ਆਇਆ, ਲਾ ਗੁਰਾ ਤੇ ਆ ਗਿਆ। ਬਾਈ ਸਤਿ ਸ਼੍ਰੀ ਅਕਾਲ। ਲੈ ਆਪਾਂ ਨੂੰ ਟਿਕਟ ਮਿਲ ਗਈ ਤੇ ਐਂ ਕਰ, ਇਹਨਾਂ ਚਾਹ ਪਾਣੀ ਪਿਆ ਸਾਰੇ ਬੰਦਿਆਂ ਨੂੰ। ਹਾਂ ਤੇ ਹੋਰ ਚੀਜ਼ ਦੀ ਲੋੜ ਹੋਈ ਨਾ, ਕੁਝ ਮਰਜ਼ੀ ਦੱਸਦੀ ਮੈਨੂੰ ਬੁਲਾਈ ਜੀ, ਚੁੱਪ ਕਰਕੇ ਨਾ। ਕੋਈ ਨਹੀਂ ਚਲ ਠੀਕ ਆ, ਮੈਂ ਨਾ ਸੇਵਾ ਕਰਦਾ। ਚਲੋ ਮੈਂ ਵੀ ਚਾਹ ਬਣਾ ਦਾਂ। ਬਣਾ ਬਣਾ, ਹਲਵਾਈ ਆਈ ਜਾਂਦਾ, ਬਸ ਇਹਨਾਂ ਨੂੰ ਸਮਾਨ ਲੈ ਕੇ ਆਉਣਾ ਮੈਂ। ਠੀਕ ਹੈ ਠੀਕ ਹੈ। ਆਹ ਵੀ ਯਾਰ ਹੀ ਆ ਗਿਆ। ਕੀ ਹੋ ਗਿਆ ਅੰਕਲ? ਉਹ ਹੋਣਾ ਕੀ ਸੀਗਾ, ਮਿਲ ਗਈ ਸੀਟ ਤੁਹਾਨੂੰ? ਉਹ ਕਿਹੜੀ ਸੀਟ ਆ? ਇਹ ਸੀਟ ਭਾਲ ਦੀ ਸੀਟ ਆਪਣੀ ਕਿੱਥੇ ਮਿਲਦੀ ਹੈ? ਕਹਿੰਦੇ ਹੁੰਦੇ ਜਿਹੜੇ ਕੁੱਤੀ ਚੋਰਾਂ ਨਾਲ ਰਲੀ ਹੋਵੇ ਨਾ, ਉਹਦਾ ਸੀਟਾਂ ਕਿੱਥੇ ਮਿਲਦੇ ਆ? ਆਪਣੇ ਨਾਲ ਤਾਂ 420 ਹੋ ਗਈ। 420 ਹੋ ਗਈ? ਹਾਂ, ਪਰ ਉਦੋਂ ਦਾ ਮੰਤਰੀ ਨੇ ਵਾਅਦਾ ਕੀਤਾ ਸੀ ਵੀ ਸੀਟ ਤੁਹਾਡੀ ਪੱਕੀ ਆ। ਉਹ ਤੈਨੂੰ ਦੱਸਦੇ ਜਾਂਦਾ, ਜੇ ਕੁੱਤੀ ਚੋਰਾਂ ਨਾਲ ਰਲੀ ਹੋਵੇ ਨਾ ਉਦੋਂ ਕੁਛ ਨਹੀਂ ਹੁੰਦਾ। ਆਪਣੇ ਨਾਲ ਤਾਂ ਜਿਹੜਾ ਨਹੀਂ ਹੋਣਾ ਸੀਗਾ ਉਹ ਹੋ ਗਿਆ। ਹੁਣ ਕਿਹੜਾ ਬਦਲਾ, ਹੁਣ ਆਪਾਂ ਕੋਈ ਬਦਲਾ ਬੋਦਲਾ ਨਹੀਂ ਲਾ ਲੈ ਸਕਦੇ ਆਪਾਂ। ਇਹ ਤਾਂ ਬਹੁਤ ਗਲਤ ਹੋ ਗਿਆ ਅੰਕਲ, ਆਪਣੀ ਤਾਂ ਜ਼ਮੀਨ ਵੀ ਗਈ ਤੇ ਨਾਲੇ ਬਦਲਾ ਉੱਥੇ ਦਾ ਉੱਥੇ ਹੀ ਰਹਿ ਗਿਆ। ਕੀ ਸੋਚਿਆ ਸੀ ਤੇ ਕੀ ਹੋ ਗਿਆ? ਤੁਹਾਨੂੰ ਮੈਂ ਕਿਹਾ ਸੀ ਬਾਰ ਬਾਰ ਵੀ ਇਹਨਾਂ ਤੇ ਯਕੀਨ ਕਰਨ ਤੋਂ ਪਹਿਲਾਂ ਨਾ 100 ਵਾਰੀ ਸੋਚਿਓ। ਤੁਸੀਂ ਵੀ ਕੁਝ ਵੀ ਸੋਚਿਆ ਨਹੀਂ ਹੈਗਾ। ਮੈਨੂੰ ਤਾਂ ਐਂ ਸੀ ਵੀ ਜੇ ਤੁਸੀਂ ਹੁਣ ਮੰਤਰੀਆਂ ਨਾਲ ਖੜੋ ਬੈਠੋਗੇ ਤੁਹਾਡੀ ਪਾਵਰ ਵੱਧ ਜੂਗੀ ਤੇ ਆਪਾਂ ਚੰਨੀ ਤੋਂ ਛੇਤੀ ਬਦਲਾ ਲੈ ਲਾਂਗੇ, ਨਾਲੇ ਆਸਾਨ ਹੋ ਜੂਗਾ ਬਦਲਾ ਲੈਣਾ। ਇਹੀ ਗੱਲ ਤਾਂ ਮੈਂ ਸੋਚੀ ਸੀ, ਇਹ ਗੱਲ ਸੋਚ ਕੇ ਮੈਂ ਉਹ ਕੀਤਾ ਸੀਗਾ, ਤਾਂ ਹੀ ਮੈਂ ਗੱਲ ਸੋਚੀ ਸੀ। ਪਰ ਜਿਹੜਾ ਸੋਚਿਆ ਸੀ ਨਾ ਉਹ ਕਦੇ ਹੁੰਦਾ ਨੀਗਾ। ਪਰ ਕੋਈ ਗੱਲ ਨਹੀਂ, ਜਿਹੜਾ ਨਹੀਂ ਹੁੰਦਾ ਨਾ ਹੋਵੇ, ਪਰ ਇੱਕ ਗੱਲ ਤੈਨੂੰ ਮੈਂ ਹੁਣ ਜ਼ਰੂਰ ਕਹਿਣਾਗਾ, ਪਰ ਆਪਾਂ ਵੀ ਹੁਣ ਹੱਥ ਦੇ ਹੱਥ ਧਰ ਕੇ ਨਹੀਂ ਬੈਠ ਸਕਦੇ। ਅੱਜ ਤੱਕ ਮੈਂ ਤੈਨੂੰ ਬਹੁਤ ਰੋਕਿਆ, ਪਰ ਰੁਕ ਜਾ, ਪਰ ਹੁਣ ਅੱਜ ਤੋਂ ਬਾਅਦ ਮੈਂ ਤੈਨੂੰ ਰੋਕਦਾ ਨੀਗਾ। ਹੁਣ ਮੈਂ ਤੈਨੂੰ ਆਪਦੇ ਨਾ ਹੱਥੀ ਇਹ ਗੱਲ ਕਹਿਣਾਗਾ, ਜਿਹੜਾ ਕੁਛ ਹੋਊਗਾ ਦੇਖੀ ਜਾਊ। ਆ ਲੈ ਹੁਣ ਤਾਂ ਪਾਣੀ ਨਾ ਸਿਰ ਉੱਤੋਂ ਹੀ ਲੰਘ ਗਿਆ, ਇਸ ਤੋਂ ਬਾਅਦ ਕਹਿੰਦੇ ਪਾਣੀ ਪਿੰਡ 'ਚ ਹੀ ਵੜੂਗਾ ਜੇ ਆਪਾਂ ਹੁਣ ਵੀ ਨਾ ਰੋਕਿਆ ਨਾ। ਤੈਨੂੰ ਪਤਾ ਹੀ ਹੈ, ਬਸ ਕਹਿਣ ਦੀ ਲੋੜ ਹੀ ਨਹੀਂ ਗੀ, ਤਾਂ ਹੀ ਤੈਨੂੰ ਕਹਿਣਾ ਲੈ ਆ ਫੜ ਤਿਆਰ, ਬਸ ਬਾਅਦ 'ਚ ਸੋਚੀ ਜਾਊਗੀ। ਜਿਹੜਾ ਕੁਛ ਹੋਊਗਾ ਮੈਂ ਆਪੇ ਸਾਂਭਲੂੰਗਾ, ਪਰ ਚੰਨੀ ਇਸ ਦੁਨੀਆਂ 'ਚ ਰਹਿਣਾ ਨਹੀਂ ਚਾਹੀਦਾ। ਬਸ ਅੱਜ ਉਹਦਾ ਆਖਰੀ ਅਤੇ ਅਖੀਰਲਾ ਦਿਨ ਹੀ ਹੋਣਾ ਚਾਹੀਦਾ, ਮੈਂ ਤੇਰੇ ਨਾਲ ਖੜਾਂਗਾ, ਜੋ ਕੁਛ ਹੋਊਗਾ ਦੇਖੀ ਜਾਊਗੀ। ਬਸ ਠੀਕ ਆ ਸਰਪੰਚ ਸਾਹਿਬ, ਮੈਨੂੰ ਵੀ ਤੁਹਾਡਾ ਸਾਥ ਹੀ ਚਾਹੀਦਾ ਸੀਗਾ। ਚੰਨੀ ਦਾ ਤਾਂ ਨਾ ਮੈਂ ਨਾਮਾਂ ਨੂੰ ਸ਼ਾਨ ਮਟਾ ਦੂੰਗੀ, ਉਹਦੀਆਂ ਤਾਂ 7 ਪੀੜ੍ਹੀਆਂ ਵੀ ਸੋਚਣਗੀਆਂ ਵੀ ਇਸ ਦੁਨੀਆਂ 'ਤੇ ਜਨਮ ਲਈਏ ਜਾਂ ਨਾ। ਨਾਲੇ ਫਿਰ ਅੰਕਲ ਨੇਕ ਕੰਮ 'ਚ ਦੇਰ ਕਾਹਦੇ, ਹੁਣ ਐਂ ਦੱਸੋ ਵੀ ਕਿੱਥੇ ਮਿਲੂ ਚੰਨੀ?
ਕਿੱਥੇ ਮਿਲਣਾ ਸੀ, ਘਰੇ ਪਤਾ ਲੈਂਦੇ ਹਾਂ ਬਸ। ਜਿੱਥੇ ਮਿਲ ਗਿਆ ਆਪਾਂ ਇਹ ਥੋੜ੍ਹੀ ਸੋਚਣਾ ਵੀ ਇੱਥੇ ਇਕੱਠਾ ਜਾਂ ਕੁਛ ਵੀ ਹੋ ਜੇ, ਜਿੱਥੇ ਮਿਲ ਗਿਆ ਉੱਥੇ ਚੱਕ ਹੀ ਦੇਣਾ ਗਾ, ਉਹ ਬਾਅਦ 'ਚ ਦੇਖਾਂਗੇ ਆਪਾਂ ਬਸ। ਹਾਂ ਹਾਂ ਅੰਕਲ, ਮੇਰਾ ਵੀ ਬਹੁਤ ਦਿਲ ਕਰਦਾ ਵੀ ਉਹਨਾਂ ਨੂੰ ਭਜਾ ਭਜਾ ਕੇ ਮਾਰਾਂ, ਗਿਣ ਗਿਣ ਕੇ ਬਦਲੇ ਲੈਣੇ ਆ ਮੈਂ ਅੱਜ। ਚਲੋ ਆਜੋ। ਮੈਂ ਵੀ ਹੁਣ ਤੱਕ ਸਹਿੰਦੇ ਆਇਆ ਪਰ ਮੇਰੀ ਵੀ ਜਿਹੜੀ ਸਹਿਣਸ਼ੀਲਤਾ ਸੀ ਨਾ ਹੁਣ ਟੁੱਟ ਗਈ। ਚੱਲ ਬੁਲਬੁਲ ਚਾਹ ਬਣਾ ਦੇ, ਖੇਤ ਜਾਣਾ ਮੈਂ। ਹਾਂਜੀ ਬਣਾਉਣੀ ਆ। ਬਣਾ ਦੇ ਜਲਦੀ, 10 ਕੁ ਬੰਦੇ ਦੀ ਬਣਾ ਦੀ। ਕੀ ਹੋ ਗਿਆ? ਠੀਕ ਹੈ ਬੁਲਬੁਲ? ਆ ਡਾਕਟਰ ਕੋਲ ਚਲੀ। ਆ ਕੀ ਹੋ ਗਿਆ? ਬਸ ਜੀ ਘਬਰਾਹਟ ਹੋਈ ਜਾਂਦੀ ਸੀਗੀ, 2 ਕੁ ਦਿਨਾਂ ਦੀ ਤਬੀਅਤ ਵੀ ਨਹੀਂ ਠੀਕ ਸੀਗੀ ਤੇ ਉਸ ਕਮਰੀ ਵਾਲੀ ਗੱਲ ਆ। ਆਪਾਂ ਡਾਕਟਰ ਕੋਲ ਜਾ ਕੇ ਚੈੱਕ ਕਰਵਾ ਲੈਂਦੇ ਆ, ਕੀ ਪਤਾ ਆਪਣਾ ਵਹਿਮ ਹੀ ਨਾ ਹੋਵੇ। ਚਲ ਆਏ ਆਪਾਂ ਚੱਲੀ। ਅੱਜ ਨਾ ਰੱਬ ਨੇ ਆਪਣੇ ਨੇੜੇ ਹੋ ਕੇ ਸੁਣੀ ਆ, ਇੱਕ ਤੇ MLA ਦੀ ਟਿਕਟ ਮਿਲ ਗਈ ਆਪਾਂ ਨੂੰ ਤੇ ਦੂਜੀ ਖੁਸ਼ਖਬਰੀ ਦੇਤੀ, ਤੇ ਨਾਲੇ ਹੁਣ ਤੂੰ ਕੰਮ ਨਾ ਕਰਿਆ ਕਰ। ਜੀ ਮਾੜਾ ਮੋਟਾ ਤਾਂ ਕੰਮ ਕਰਨਾ ਹੀ ਪੈਣਾ, ਹੋਰ ਕੌਣ ਕਰੂਗਾ? ਉਹ 1-2 ਮਹੀਨੇ ਨੱਕ ਘੱਟ ਕਰਿਆ ਕਰ, ਤੂੰ ਦੁਆ ਕੰਮ ਵਾਲੀ ਰੱਖ ਲੈ, ਤੂੰ ਦੁਆ ਤੂੰ ਕਰ ਲਿਆ ਕਰੀ। ਜੀ ਮੇਰੀ ਗੱਲ ਸੁਣੋ, ਕੰਮ ਵਾਲੀ ਆਪਾਂ ਰੱਖ ਤਾਂ ਲਈਏ, ਉਹ ਕਿਹੜਾ ਚੱਜ ਨਾਲ ਕੰਮ ਕਰਦੀਆਂ ਨੇ, ਰੱਖਣ ਦਾ ਤਾਂ ਫਾਇਦਾ ਤਾਂ ਹੀ ਹੈ ਨਾ। ਉਹ ਤੇਰੀ ਗੱਲ ਠੀਕ ਹੈ, ਕਹੀ ਰੋਟੀ ਆਪ ਕਰ, ਸਬਜ਼ੀ ਆਪ ਬਣਾ ਲਿਆ ਕਰ, ਕਹਿੰਦਾ ਦੂਸਰਾ ਕੰਮ ਆ ਉਹ ਤੋਂ ਕਰਵਾ ਲਿਆ ਕਰ, ਹੁਣ ਤੂੰ ਕਹੀ ਮਹੀਨਾ ਹੋ ਗਿਆ ਉਹ ਆਈ ਨੀ, ਤੂੰ ਹੋਰ ਰੱਖ ਲੈ ਨਵੀਂ। ਚਲੋ ਕੋਈ ਨਾ ਜੀ, ਦੇਖਦੇ ਹਾਂ ਆਪਾਂ। ਚੱਲ ਠੀਕ ਆ, ਮੈਂ ਜਾਣਾ ਹੁਣ ਖੇਤ ਜਾ ਕੇ ਆਉਣਾ। ਖੇਤ ਤਾਂ ਤੁਸੀਂ ਜਾਇਓ, ਆਹ ਤੁਸੀਂ ਕਿੱਧਰ ਲੈ ਕੇ ਜਾਂਦੇ ਹੋ? ਉਹ ਤੈਨੂੰ ਪਤਾ ਨੀ ਮੇਰੇ ਪਤਾ ਕਿੰਨੇ ਦੁਸ਼ਮਣ ਆ। ਮੇਰੀ ਗੱਲ ਸੁਣੋ, ਦੁਸ਼ਮਣ ਤਾਂ ਵੱਖਰੀ ਗੱਲ ਹੈ, ਪਰ ਹੁਣ ਤੁਹਾਨੂੰ MLA ਟਿਕਟ ਮਿਲ ਗਈ, ਠੀਕ ਆ ਤੁਸੀਂ ਆਹ ਕੰਮ ਛੱਡ ਦਿਓ ਪਲੀਜ਼। ਉਹ ਮੈਂ ਕਿਹੜਾ ਹੁਣ ਕਬਜ਼ਾ ਲੈਣ ਜਾਂਦਾ, ਖੇਤ ਜਾਂਦਾ। ਤੁਹਾਨੂੰ ਮੇਰੀ ਸਹੁੰ ਆ, ਆਹ ਨਹੀਂ ਲੈ ਕੇ ਜਾਣੀ ਤੁਸੀਂ ਗੰਨ। ਉਹ ਯਾਰ ਤੂੰ ਸਹੁੰ ਨਾ ਖਵਾਇਆ ਕਰ, ਬਿਨ ਫਿਰ ਤੁਹਾਨੂੰ ਮੈਨੂੰ ਬੁਲਾਉਣ ਦੀ ਲੋੜ ਨਹੀਂ ਹੈਗੀ ਜੇ ਮੇਰੀ ਕਦੇ ਗੱਲ ਹੀ ਨਹੀਂ ਮੰਨੀ ਹੈਗੀ। ਯਾਰ ਕਿਉਂ ਗੁੱਸੇ ਹੋ ਜਾਂਦਾ, ਲੈ ਲੈ ਫੜ ਤੂੰ, ਆ ਤੂੰ ਹੀ ਸਾਂਭ ਲੈ, ਜਿੰਨਾ ਚਿਰ ਤੂੰ ਕਹੇਂਗੀ ਨਾ ਉਦੋਂ ਮੈਨੂੰ ਫੜਾ ਦੀ, ਤੇ ਮੈਂ ਖੇਤ ਜਾਂਦਾ ਹੁਣ ਕਿਰਪੈਨ ਆਉਣ ਵਾਲੀ ਆ। ਠੀਕ ਆ। ਹਾਂ ਤੇ ਰੋਟੀਆਂ ਹੁਣ 10 ਬੰਦਿਆਂ ਦੀਆਂ, ਉਹ ਨਾਲਾ ਗਵਾਂਢ ਨੂੰ ਬੁਲਾ ਲਾ, ਉਹਨੂੰ ਪਕਾ ਦੂਗੀ। ਚਲੋ ਠੀਕ ਹੈ ਜੀ। ਹਾਂ ਗੱਲਾਂ ਦੇਖ ਲਓ ਇਹਨਾਂ ਦੀਆਂ, MLA ਬਣ ਗਏ ਹੁਣ, ਹੁਣ ਵੀ ਇਹਨਾਂ ਨੂੰ ਰਿਵਾਲਵਰ ਦੀ ਲੋੜ ਆ। ਚੱਲ ਇਹਨੂੰ ਤਾਂ ਮੈਂ ਸਾਂਭ ਕੇ ਰੱਖਦਾ। ਓਏ ਹਾਂ ਉਹ ਛੇਤੀ ਆ ਜੀ, ਉਹ ਬੰਦਾ ਹੈ ਨੀ ਕੋਈ ਕੰਮ ਕਰਨ ਵਾਲਾ ਉੱਥੇ? ਹਾਂ ਹਾਂ ਨਾਲ ਲਿਆ 1-2 ਦਿਹਾੜੀਏ ਲਿਆਈ ਨਾਲ, ਕੋ ਪਟਾਵਾ ਉਹ ਵੱਡਾ ਆਪਣਾ ਉੱਧਰਲਾ, ਇੱਧਰ ਲਏ ਪਿਆ 10 ਕਿੱਲੇ, ਅੱਜ ਕੰਪਲੀਟ ਕਰਾ ਦੀ ਚੰਗਾ। ਆਇਆ ਛੇਤੀ ਆਇਆ ਯਾਰ, ਹਿੰਮਤ ਮਾਰ ਕੇ ਚੱਲ ਆਉਣਾ ਮੈਂ ਖੇਤ। ਚੰਗਾ ਆਇਆ। ਸਰਦਾਰ ਜੀ ਆਪਣੇ, ਮੈਂ ਤਾਂ ਵਧਾਈਆਂ ਦੇਣ ਆਇਆ ਸੀ ਉਹਨਾਂ ਨੂੰ, ਬਸ ਮੈਨੂੰ ਪਤਾ ਲੱਗਿਆ ਵੀ ਉਹਨਾਂ ਨੂੰ ਸੀਟ ਮਿਲ ਗਈ, ਬਹੁਤ ਖੁਸ਼ੀ ਹੋਈ, ਚਲ ਆਪਦੇ ਪਿੰਡ ਦਾ ਬੰਦਾ ਗਾ ਸੀਟ ਮਿਲ ਗਈ, ਜਿੰਨੀ ਸਪੋਰਟ ਹੋਈ ਵੱਧ ਤੋਂ ਵੱਧ ਕਰਾਂਗੇ।
ਹਾਂਜੀ ਹਾਂਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਇੱਥੇ ਤੱਕ ਆਏ, ਵਧਾਈਆਂ ਦੇਣ। ਉਹ ਤਾਂ ਕੰਮ ਗਏ ਹੋਏ ਸੀਗੇ ਬਾਹਰ। ਕੰਮ ਬਾਹਰ ਵੀ ਐਂ ਪਤਾ ਹੀ ਉਹ ਕਿੱਥੇ ਗਏ ਮਾੜਾ ਜਿਹਾ? ਉਹ ਜੀ ਖੇਤ ਗਏ ਸੀਗੇ। ਹਾਂ ਬਸ ਮੈਂ ਤਾਂ ਖੁਸ਼ੀ ਇੰਨੀ ਆ ਜਦ ਮੈਂ ਖੇਤ ਹੀ ਜਾਂਦਾ ਉਹਦੇ ਕੋਲੇ। ਹੋਰ ਠੀਕ ਆ ਸਾਰੇ? ਹਾਂਜੀ ਹਾਂਜੀ। ਚਾਹ ਬਣਾਵਾਂ ਜੀ? ਨਾ ਨਾ ਬਸ ਚਾਹ ਤਾਂ ਬਾਅਦ ਜੀ। ਚਲੋ ਠੀਕ ਆ ਜੀ। ਠੀਕ ਹੈ ਜੀ। ਉਹ ਨਾਲ ਆਪਣੇ ਰੀਤ ਆਈ ਨਾ, ਮੈਂ ਇੱਥੇ ਪਿੱਛੇ ਰੋਕਤੀ ਤੇ ਚੱਲ ਉਹ ਖੁਸ਼ੀ ਸਾਨੂੰ ਇੰਨੀ ਆਈ, ਉਹ ਕਹਿੰਦੇ ਮੈਂ ਵੀ ਜਾਣਾ ਗਾ। ਮੈਂ ਚੱਲ ਪਈ ਆਪਣਾ ਹੱਕ ਬਣਦਾ ਵਧਾਂਗਾ ਦੇਣ ਦਾ। ਬੁਲਾ ਲੈਂਦੇ ਹੋ? ਨਾ ਨਾ ਬਸ ਅਖਬਾਰ ਕੋਲੇ ਖੜੀ ਆਪਣੇ, ਦੂਰ ਨਹੀਂ ਕੋਈ। ਸਾਨੂੰ ਖੁਸ਼ੀ ਇੰਨੀ ਹੋ ਗਈ, ਤੁਹਾਨੂੰ ਵੀ ਵਧਾਂਗਾ ਜੀ। ਠੀਕ ਹੈ ਜੀ। ਠੀਕ ਹੈ ਜੀ, ਸਤਿ ਸ਼੍ਰੀ ਅਕਾਲ ਜੀ। ਠੀਕ ਹੈ, ਚੱਲ ਚੱਲ ਖੇਤੀ ਵਧਾਂਗਾ ਦੇਵਾਂ। ਚੱਲ ਪੁੱਤ ਖੇਤੀ ਵਧਾਂਗਾ ਦੇਵਾਂਗੇ। ਦੇਖ ਲਾ ਕਿੰਨਾ ਚੰਗਾ ਬੰਦਾ ਵਿਚਾਰਾ, ਇੰਨਾ ਕੁਛ ਹੋਣ ਦੇ ਬਾਵਜੂਦ ਵੀ ਵਧਾਈਆਂ ਦੇਣ ਆਇਆ। ਰੱਬ ਦਾ ਹੀ ਬੰਦਾ ਹੈ ਵੀ। ਇਹ ਮੋਟਰਸਾਈਕਲ ਕੀ ਦਾ ਅੰਕਲ? ਕਿਸੇ ਦਾ ਹੋਵੇ, ਤੂੰ ਬਹਿ ਜਾ ਬਾਅਦ ਚ ਦੇਖਾਂਗੇ ਕੀ ਦਾ ਹੈਗਾ। ਹਾਂ ਤੇਰੀ ਮੌਤ ਆਈ ਹੈ। ਲੈ ਫੜ ਪੁੱਤ। ਨਹੀਂ ਭੱਜਦਾ, ਜਿਹੜਾ ਭੱਜਣਾ ਸੀ ਭੱਜ ਲਿਆ। ਬੱਚਾ ਗਲਤੀ ਹੋ ਗਈ, ਮਾਫ ਕਰ ਦੇ। ਬਹੁਤ ਘਪਾਇਆ ਤੂੰ ਮੈਨੂੰ ਰੀਤ, ਫੇਰ ਮਰ ਗਏ। ਬਹੁਤ ਘਪਾਇਆ ਤੂੰ ਮੈਨੂੰ, ਬਹੁਤ ਘਪਾਇਆ ਤੂੰ, ਟਿਕਟ ਜਿਹਨੂੰ ਮਿਲਣੀ ਸੀ ਮਿਲ ਗਈ ਚੰਨੀਆਂ। ਬਹੁਤ ਟਪਾਇਆ ਤੂੰ ਮੈਨੂੰ, ਪਰ ਅੱਜ ਛੱਡ ਦੇ। ਪੰਚਾ ਦੇਖ ਦੋਨਾਂ ਨੇ ਪਹਿਲਾਂ ਕਿਹਨੇ ਮਰਨਾ ਦੱਸੋ, ਕਿਹਨੇ ਮਰਨਾ ਪਹਿਲਾਂ? ਨਹੀਂ ਤੂੰ ਸਰਪੰਚਾ, ਤੂੰ ਤੇਰੀ ਕੱਟਾ ਟਿਕਟ ਪਹਿਲਾਂ। ਕਿਉਂ ਰੀਤ ਤੇਰੀ ਕੱਟਾ ਪਹਿਲਾਂ? ਚੰਨੀ ਜਿਹਨੂੰ ਮਰਜੀ ਮਾਰ ਦੇ, ਜੇ ਸਾਡੇ ਤੋਂ ਕੋਈ ਬਚ ਗਿਆ ਨਾ ਫਿਰ ਅੱਜ ਤੂੰ ਨਹੀਂ ਬਚਦਾ। ਸਰਪੰਚਾ ਉਹ ਮਾਰੂੰਗਾ ਤੈਨੂੰ ਪਹਿਲਾਂ, ਹਰ ਕੰਮ 'ਚ ਤੂੰ ਮੇਰੇ ਲੱਤ ਡਾਉਣਾ, ਪਰ ਅੱਜ ਨਹੀਂ, ਅੱਜ ਤੈਨੂੰ ਲਾਸਟ ਹੀ ਦੇਣਾ। ਮੈਨੂੰ ਮਾਰਨ ਆਇਆ ਨਾ ਉਹ, ਮੈਂ ਨਹੀਂ ਮਰਦਾ, ਉਹ ਮੈਂ ਸਾਰਿਆਂ ਨੂੰ ਮਾਰ ਕੇ ਮਰੂੰਗਾ। ਬਾਲਾ ਬੰਦਾ, ਗੰਦਾ ਬੰਦਾ, ਲੈ ਇਹਨੂੰ ਭੇਜ ਪਹਿਲਾਂ। ਉਰੇ ਕੋਈ ਆਇਆ, ਬਾਲੀ ਕੁੱਤੀ ਚੀਜ਼ ਆ ਚੰਨੀ, ਪਰ ਆਇਆ ਉਰੇ ਹੁਣ ਦੱਸ। ਮਾਰ ਤੂੰ ਜਿਹੜਾ ਮਾਰਨਾ ਸੀ ਮਾਰ ਲਿਆ। ਅੱਛਾ ਦੱਸ ਦੇ, ਕੁੜੀ ਨੀ ਛੱਡਦੇ, ਤੈਨੂੰ ਕੁਛ ਨੀ ਕਹਿੰਦਾ, ਤੈਨੂੰ ਇਹ ਸਾਰਾ ਗੋਲੀ ਚੱਲ ਜੂ। ਕੁੜੀਏ ਚੁੱਪ ਕਰ ਜਾ, ਨਹੀਂ ਮਾਰ ਦੂੰ ਤੈਨੂੰ, ਮੈਂ ਦੱਸ ਕਰ ਤੈਨੂੰ, ਮੈਂ ਤੈਨੂੰ ਅੱਛਾ ਪਾਸੇ ਹਟ ਜਾ, ਉਰੇ ਕੱਲਾ ਛੱਡਦੇ ਚੰਗਾ ਰਹੇਗਾ, ਇਹ ਗੋਲੀ ਚੱਲ ਜੂ। ਨਹੀਂ ਮੈਂ ਨੀ ਮਾਰ ਦੂੰਗਾ, ਮੈਂ ਤੈਨੂੰ ਦੱਸਤਾ ਗੱਲ, ਮੈਂ ਤੈਨੂੰ ਕਹਿੰਦਾ, ਤਿੰਨ ਘੰਟੇ ਕਰਦੇ ਛੱਡਤੀ ਨੀ ਕੋਈ ਚੱਲ ਜੂ, ਇੱਕ ਦੋ ਛੱਡਦੇ। ਨਾ ਜਿਹੜਾ ਭੱਜਣਾ ਇਹ ਭੱਜ ਰਿਹਾ, ਆਹ ਲੈ
ਅੱਜ ਇਹ ਸੁੱਕਾ ਨਹੀਂ ਜਾਣਾ ਚਾਹੀਦਾ। ਸਰਪੰਚਾ ਮਾਫ ਕਰ ਦੇ, ਗਲਤੀ ਹੋ ਗਈ ਸਰਪੰਚਾ, ਮਾਫ ਕਰ ਦੇ। ਮਾਫ ਤਾਂ ਤੈਨੂੰ ਮੈਂ ਹੁਣ ਕਰੂੰਗਾ ਮਾਫ। ਸਰਪੰਚਾ ਮੇਰੀ ਸਾਰੀ ਦੌਲਤ ਲਵਾ, ਸਾਰੀ ਜ਼ਮੀਨ ਲਵਾ, ਰੀਤ ਵਾਲੀ ਵਾਪਸ ਕਰਾ ਦਿੰਦਾ, ਮੈਨੂੰ ਮਾਫ ਕਰ ਦੇ। ਨਾ ਮਾਰ, ਉਹ ਤੈਨੂੰ ਪਾਪ ਲੱਗੂਗਾ, ਹਾਏ ਮਾਫ ਕਰ ਦੇ। ਮਾਫੀ ਤਾਂ ਤੈਨੂੰ ਇੱਕ ਗੱਲ 'ਤੇ ਮਿਲ ਸਕਦੀ ਆ, ਤੂੰ ਮੈਨੂੰ ਐਂ ਦੱਸ ਦੇ ਸਰਪੰਚ ਨੇ ਇਹਨੂੰ ਕਿਹਨੇ ਮਾਰਿਆ ਸੀਗਾ। ਸਰਪੰਚਾ ਜੇ ਮੈਂ ਦੱਸਦਾ ਫਿਰ ਤੂੰ ਮੈਨੂੰ ਮਾਫ ਕਰ ਦੇਗਾ? ਹਾਂ ਹਾਂ। ਤੇ ਉਹ ਸਰਪੰਚਾ ਮਾਰਨ ਨੂੰ ਤਾਂ ਮੈਂ ਤੈਨੂੰ ਭੇਜਿਆ ਸੀ, ਪਰ ਤੂੰ ਥੱਲੇ ਉਹ ਪੈ ਗਿਆ, ਤੇਰੇ ਘਰ ਵਾਲੀ ਮਰ ਗਈ ਬੇਕਸੂਰ। ਸਰਪੰਚਾ ਮਾਫ ਕਰ ਦੇ, ਮੈਂ ਚੱਲ। ਨਾ ਮਾਫ ਕਰ ਦੇ ਭੈਣ, ਤੂੰ ਸਾਰੀ ਜ਼ਮੀਨ ਵਾਪਸ ਕਰ ਦੇਣਾ। ਜ਼ਮੀਨ ਤਾਂ ਤੈਨੂੰ ਦੱਸਦੀ ਗੱਲ, ਜ਼ਮੀਨ ਤਾਂ ਜਿਹੜੀ ਮਿਲਣੀ ਸੀ ਮਿਲ ਗਈ, ਹੁਣ ਤਾਂ ਬਸ ਉੱਤਰਨੀ ਸਾਨੂੰ ਤੇਰੀ ਜਾਨ ਚਾਹੀਦੀ ਆ। ਦੇਖਦੇ ਕੀ ਧੀਏ ਮਾਰ ਗੋਲੀ। ਅੰਕਲ ਅੱਜ ਨਾ ਸੱਚੀ ਮੈਨੂੰ ਰੱਬ ਨੇ ਦਿਲੋਂ ਖੁਸ਼ੀ ਦੇਤੀ। ਤੈਨੂੰ ਖੁਸ਼ੀ ਮਿਲ ਗਈ ਨਾ, ਲੈ ਆ ਹੁਣ ਮੈਨੂੰ ਫੜਾ ਦੇ, ਇਹ ਕੰਮ ਮੈਂ ਜਾਣਾ, ਆਪੇ ਸਮਝ ਲੂੰਗਾ। ਇਹ ਕੀ ਕੀਤਾ ਤੁਸੀਂ ਅੰਕਲ? ਇਹ ਕਤਲ ਮੈਂ ਕੀਤਾ, ਤੂੰ ਨਹੀਂ ਕੀਤਾ, ਤੇਰੇ ਜਵਾਬ ਹੈਗਾ। ਮੇਰੇ ਅੱਗੇ ਪਿੱਛੇ ਹੁਣ ਕੋਈ ਨਹੀਂ, ਜੇ ਮੈਨੂੰ ਸਜ਼ਾ ਵੀ ਹੋਜੂ ਨਾ ਕੋਈ ਚੱਕਰ ਨਹੀਂ, ਪਰ ਮੈਂ ਤਾਂ ਇਸੇ ਨੂੰ ਖਤਮ ਕਰਨਾ ਸੀ, ਕਰਤਾ। ਗਾਹ ਨੂੰ ਹੋਰ ਬੰਦੇ ਨੂੰ ਨਾ ਪਰੇਸ਼ਾਨ ਕਰੂੰ ਪਿੰਡ 'ਚ, ਬਹੁਤ ਇਹਨੇ ਸਾਰੇ ਪਿੰਡ ਦੀ ਬਰਬਾਦੀ ਕਰਤੀ ਸੀ ਇਕੱਲੇ ਬੰਦੇ ਨੇ, ਸਾਰਾ ਪਿੰਡ ਨੂੰ ਨਾ ਜੀਣਾ ਮੁਸ਼ਕਲ ਹੋਇਆ ਪਿਆ ਸੀਗਾ। ਅੰਕਲ ਮੈਨੂੰ ਵਿੱਚ ਬੰਦੇ ਤਾਂ ਇਹੋ ਜਿਹੇ ਸੀ ਪੁੱਤ, ਛੱਡ ਛੱਡ ਕੇ ਘਰ ਹੋਰ ਪਿੰਡਾਂ 'ਚ ਰਹਿਣ ਲੱਗ ਗਏ ਸੀ ਇਹਦਾ ਕਰਕੇ, ਪਰ ਹੁਣ ਕਿਸੇ ਨੂੰ ਪਿੰਡ ਛੱਡ ਕੇ ਨਹੀਂ ਜਾਣਾ ਪਊਗਾ। ਇਹ ਬੰਦਾ ਹੀ ਸੀਗਾ, ਮੇਰੇ ਤਾਂ ਐਂ ਜੀ ਕਰਦਾ, ਇਹਦੇ ਦੋ ਤਿੰਨ ਹੋਰ ਮਾਰਾਂ। ਬਸ ਅੰਕਲ ਮੇਰਾ ਬਦਲਾ ਤਾਂ ਪੂਰਾ ਹੋ ਗਿਆ, ਪਰ ਜਿਹੜਾ ਕੁਛ ਤੁਸੀਂ ਆ ਮੇਰੇ ਵਾਸਤੇ ਕੀਤਾ। ਕੋਈ ਨਹੀਂ, ਇਹ ਵੀ ਮੇਰਾ ਫਰਜ਼ ਹੀ ਆ, ਹੁਣ ਇੱਥੇ ਖਾਣ ਦਾ ਕੋਈ ਮੌਕਾ ਟਾਈਮ ਨਹੀਂ, ਚੱਲ ਤੁਸੀਂ ਨਿਕਲ ਚੱਲ ਬਸ। ਅੰਕਲ ਇਹੋ ਜਿਹਾ ਤਾਂ ਕੋਈ ਪਤਾ ਨਹੀਂ, ਜਿਉਂਦਾ ਹੀ ਹੋਵੇ। ਹੁਣ ਤਾਂ ਹੈ ਕੀ ਜਿਉਂਦਾ ਹੋਊਗਾ, ਪਰ ਲੱਗਦਾ ਤਾਂ ਹੈ ਨਹੀਂ ਗਾ, ਇਹ ਤਾਂ ਗਿਆ। ਚਲੋ ਆ ਜਾ ਅੰਕਲ, ਚੱਲ ਹੁਣ ਦੇਖਦੇ ਜਿਹੜਾ ਕੁਛ ਹੋਊਗਾ। ਥਾਣੇਦਾਰ ਥਾਣੇਦਾਰ ਕੀ ਹੋ ਗਿਆ? ਮਾਰਤਾ। ਕੌਣ ਮਾਰਤਾ? ਪ੍ਰਧਾਨ ਮਾਰਤਾ। ਪ੍ਰਧਾਨ ਮਾਰਤਾ? ਹਾਂ, ਸਰਪੰਚ ਨੇ ਪ੍ਰਧਾਨ ਮਾਰਤਾ। ਆਏ ਮੇਰੇ ਨਾਲ ਚੱਲੋ, ਭੱਜ ਲੂ। ਕਿੱਥੇ ਮਾਰ ਲਿਆ? ਹੁਣ ਭੱਜ ਕੇ ਚੱਲੋ ਮੇਰੇ ਨਾਲ। ਸਾਰੇ ਜਾਣਦਾ ਗਾ ਜਿਹੜਾ ਕੰਮ ਮੈਂ ਕਰਨਾ ਚਾਹਦਾ ਕਰ ਲਿਆ, ਬਹੁਤ ਚਿਰ ਮੇਰੀ ਉਹਦੇ ਤੇ ਅੱਖ ਸੀਗੀ, ਪਰ ਅਸੀਂ ਆਪਦੇ ਅੱਖ ਦਾ ਦਾਣਾ ਹੁਣ ਕੱਢ ਲਿਆ, ਮੈਂ ਆਪਦਾ ਕੰਮ ਕਰ ਲਿਆ ਤੇ ਹੁਣ ਤੁਸੀਂ ਆਪਦੀ ਕਾਰਵਾਈ ਕਰੋ। ਉਹ ਤਾਂ ਸਰਪੰਚ ਤੇਰੇ ਤੇ ਹੋਊਗੀ ਕਾਰਵਾਈ ਤਾਂ, ਵੈਸੇ ਜੇ ਤੂੰ ਭੱਜਣਾ ਹੁੰਦਾ ਕਿੰਨਾ ਕੁ ਦੂਰ ਭੱਜ ਲੈਂਦਾ, ਕਾਨੂੰਨ ਦੇ ਹੱਥ ਬਹੁਤ ਲੰਮੇ ਨੇ, ਚਾਹੇ ਤੂੰ ਕਿੰਨਾ ਮਰਜ਼ੀ ਭੱਜ ਲੈਂਦਾ, ਫੜ ਤਾਂ ਸੀ ਤੈਨੂੰ ਫੇਰ ਵੀ ਲੈਣਾ ਸੀਗਾ, ਉਹ ਚੰਗਾ ਕੀਤਾ ਤੂੰ ਖੁਦ ਆ ਗਿਆ। ਹੁਣ ਤੇਰੇ ਤੇ ਕਾਨੂੰਨ ਜਾਣਦਾ ਹੈ, ਮਾਰ ਨੂੰ ਕਿਹੜਾ ਮੇਰੇ ਕੋਲ ਕੋਈ ਗਵਾਹੀ ਦੇਣ ਦਾ ਜਾਂ ਸਬੂਤ ਹੋ ਜਾਂਦਾ, ਪਰ ਜੇ ਮਾਰਿਆ ਗਾ ਤਾਂ ਮਾਰਿਆ ਸਹੀ। ਸਬੂਤ ਤਾਂ ਇਹ ਬੰਦੇ ਦੇ ਸੀ, ਖੁਦ ਆਪਣੇ ਆਪ ਬਣਾ ਲਾਂਗੇ। ਚਲੋ ਕੋਈ ਗੱਲ ਨੀ, ਤੁਹਾਨੂੰ ਬਣਾਉਣ ਦੀ ਲੋੜ ਹੀ ਨੀ, ਮੈਂ ਹੁਣ ਦੱਸਦਾ ਨਾ ਵੀ ਮੈਂ ਮਾਰਿਆ ਗਾ, ਜੋ ਕਰਨਾ ਉਹਦਾ ਕਰ ਦੋ। ਚਲ ਕੋਈ ਨੀ, ਬਣ ਦੀ ਕਾਰਵਾਈ ਤੇਰੇ ਤੇ, ਬਣਦੀ ਕਾਰਵਾਈ ਤੇ ਬੈਠ, ਇੱਥੇ ਤੇਰਾ ਮੈਂ ਸਾਈਨ ਅੰਗੂਠਾ ਕਰਵਾਉਣਾ ਗਾ। ਬਸ ਬੇਟੇ ਬਸ, ਏਦਾਂ ਨੀ ਕਰੀਦਾ, ਹੌਸਲਾ ਰੱਖ। ਪਤਾ ਨੀ ਕਿੱਥੇ ਚਲਾ ਗਿਆ ਚੰਨੇ, ਮੈਨੂੰ ਛੱਡ ਕੇ ਇਕੱਲੀ ਨੂੰ।
ਬਸ ਬਸ ਬੇਟੇ ਕੋਈ ਗੁਜ਼ਾਰਾ ਸੀ ਮੇਰਾ ਹੁਣ ਤਾਂ ਵੀ ਨਹੀਂ ਰਿਹਾ। ਮੇਰੀ ਗੱਲ ਠੀਕ ਹੈ ਬੇਟੇ ਤੇਰੀ, ਪਰ ਤੂੰ ਆਪਦਾ ਵੀ ਤਾਂ ਧਿਆਨ ਰੱਖ। ਆਪਦਾ ਧਿਆਨ ਕਿਵੇਂ ਰੱਖਾਂ ਮੈਂ ਮੈਡਮ ਜੀ, ਚੰਨੀ ਮੈਨੂੰ ਐਡੇ ਵੱਡੇ ਵੱਡੇ ਸੁਪਨੇ ਦਿਖਾ ਕੇ ਮੈਨੂੰ ਇਕੱਲੀ ਨੂੰ ਛੱਡ ਕੇ ਤੁਰ ਗਿਆ, ਪਤਾ ਨਹੀਂ ਉਹਨੂੰ ਕਿਹਨੇ ਮਾਰਤਾ। ਕੋਈ ਗੱਲ ਨੀ ਬੇਟੇ, ਅਸੀਂ ਕਰਾਵਾਂਗੇ ਉਹਨੂੰ ਕਾਰੀ, ਕੋਈ ਗੱਲ ਨੀ, ਤੈਨੂੰ ਇਨਸਾਫ ਜ਼ਰੂਰ ਮਿਲੂਗਾ। ਕੋਈ ਗੱਲ ਨੀ ਬੇਟੇ, ਹੌਸਲਾ ਰੱਖੋ, ਅਸੀਂ ਤੁਹਾਡੇ ਨਾਲ ਹਾਂ, ਸਾਡੀ ਸਾਰੀ ਪਾਰਟੀ ਤੁਹਾਡੇ ਨਾਲ ਆ। ਚੰਨੀ ਦੇ ਕਾਤਲ ਨੂੰ ਅਸੀਂ ਜ਼ਰੂਰ ਸਜ਼ਾ ਦਵਾਵਾਂਗੇ, ਤੂੰ ਵੀ ਮਾਂ ਬਣਨ ਵਾਲੀ ਹੈ, ਜੇ ਤੂੰ ਇਸ ਤਰ੍ਹਾਂ ਆਪਦਾ ਬੁਰਾ ਹਾਲ ਕਰੇਗੀ ਫਿਰ ਕਿੱਦਾਂ ਟਾਈਮ ਪਾਸ ਹੋਊਗਾ, ਐਂ ਦੱਸ ਮੈਨੂੰ। ਦੇਖ ਬੁਲਬੁਲ ਤਕੜੀ ਬਣ, ਹੁਣ ਚੰਨੀ ਦੀ ਸੀਟ ਤੈਂ ਸਾਹਮਣੀ ਹੈ, ਠੀਕ ਹੈ? ਨਹੀਂ ਨਹੀਂ ਮੈਡਮ ਜੀ, ਮੇਰੇ ਤੋਂ ਕੰਮ ਨਹੀਂ ਹੋਣਾ, ਪਹਿਲੇ ਰਾਜਨੀਤੀ ਨੇ ਮੇਰਾ ਘਰ ਵਾਲਾ ਮਰਵਾ ਤਾ, ਮੈਂ ਹੱਥ ਜੋੜਦੀ ਆਹ ਕੰਮ ਮੇਥੋਂ ਨਹੀਂ ਹੋਣਾ, ਜਿਹੜਾ ਮੇਰਾ ਬੱਚਾ ਮੈਂ ਉਹਨੂੰ ਕੀ ਜਵਾਬ ਦੇਵਾਂਗੀ ਮੇਰਾ ਘਰ ਵਾਲਾ। ਕੀ ਤੂੰ ਨਹੀਂ ਚਾਹੁੰਦੀ ਆਪਦੇ ਘਰ ਵਾਲੇ ਦਾ ਬਦਲਾ ਲੈ ਸਕੇ? ਦੇਖ ਬੁਲਬੁਲ ਹੌਸਲਾ ਰੱਖ, ਤੂੰ ਜਿੱਤ ਜਿੱਤ ਕੇ ਤੂੰ ਆਪਦਾ ਬਦਲਾ ਲੈਂਦੀ ਹੋ ਜਾਏਗੀ। ਮੈਂ ਬਦਲਾ ਤਾਂ ਜ਼ਰੂਰ ਲਵਾਂਗੀ, ਮੈਨੂੰ ਪਤਾ ਮੇਰੇ ਚੰਨੀ ਦਾ ਕਤਲ ਕਿਹਨੇ ਕਰਿਆ, ਉਹਨੂੰ ਸਜ਼ਾ ਜ਼ਰੂਰ ਦਵਾ ਕੇ ਮੈਂ ਚੈਨ ਲਵਾਂਗੀ। ਦੇਖ ਬੁਲਬੁਲ, ਚੰਨੀ ਦਾ ਸੁਪਨਾ ਹੁਣ ਤੈਂ ਪੂਰਾ ਕਰਨਾ, ਉਹਦਾ ਇੱਕੋ ਹੀ ਸੁਪਨਾ ਸੀ MLA ਬਣਨ ਦਾ, ਅਤੇ ਉਹ ਤੂੰ ਹੀ ਪੂਰਾ ਕਰਨਾ ਹੁਣ, ਫਿਰ ਹੀ ਉਹਦੀ ਆਤਮਾ ਨੂੰ ਸ਼ਾਂਤੀ ਮਿਲੂਗੀ। ਕੋਈ ਨਾ ਮੈਡਮ ਜੀ, ਹਜੇ ਤਾਂ ਮੈਂ ਕੁਛ ਕਹਿਣ ਦੇ ਹਾਲਾਤ 'ਚ ਨਹੀਂ ਹੈਗੀ, ਜਿਵੇਂ ਵੀ ਹੋਇਆ ਮੈਂ ਤੁਹਾਨੂੰ ਦੱਸ ਦਾਂਗੀ। ਦੇਖ ਬੇਟੇ, ਸੋਚਣ ਵਾਲੀ ਕੀ ਗੱਲ ਹੈ, ਸਾਨੂੰ ਤੇਰੀ ਹਾਂ ਦੀ ਲੋੜ ਹੈ, ਅਸੀਂ ਤੇਰੀ ਸਾਰੀ ਸਪੋਰਟ ਤੇਰੀ ਅਸੀਂ ਆਪੇ ਕਰਾਂਗੇ, ਸਾਨੂੰ ਤੇਰੀ ਹਾਂ ਚਾਹੀਦੀ ਹੈ, ਅਸੀਂ ਆਪੇ ਪੈਸਾ ਲਾਵਾਂਗੇ, ਆਪੇ ਪ੍ਰਚਾਰ ਕਰਾਂਗੇ, ਪਾਰਟੀ ਤੇਰੇ ਨਾਲ ਹੈ। ਠੀਕ ਹੈ ਮੈਡਮ ਜੀ, ਜਿਵੇਂ ਤੁਹਾਨੂੰ ਸਹੀ ਲੱਗੇ, ਪਰ ਮੈਂ ਚੰਨੀ ਦੇ ਕਾਤਲ ਨੂੰ ਸਜ਼ਾ ਜ਼ਰੂਰ ਦਵਾਵਾਂਗੀ। ਕਿਸੇ ਚੀਜ਼ ਦੀ ਜ਼ਰੂਰਤ ਹੋਈ ਤਾਂ ਫੋਨ ਮਾਰਦੀ, ਠੀਕ ਹੈ? ਤੇਰੇ ਕੋਲ ਚੀਜ਼ 2 ਮਿੰਟਾਂ 'ਚ ਹਾਜ਼ਰ ਹੋਊਗੀ। ਠੀਕ ਹੈ ਮੈਡਮ ਜੀ, ਇਹ ਵਾਅਦਾ ਸਾਡਾ ਤੇਰੇ ਨਾਲ, ਠੀਕ ਹੈ? ਚਲੋ।